ਸਤਿਕਾਰਯੋਗ ਗੁਰੂ ਪਿਆਰੀ ਸਤ ਸੰਗਤ ਜੀ, ਖਿਆਲ ਬਾਹਰ ਜਾਣ ਤੋਂ ਰੋਕੀਏ, ਚਿੱਤ ਬਿਰਤੀਆਂ ਨੂੰ ਇਕਾਗਰ ਕਰੋ। ਰਸਨਾ ਦੀ ਪਵਿੱਤਰਤਾ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ, ਸਤਨਾਮ ਸ੍ਰੀ। ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਮਾਘ ਮਹੀਨੇ ਦੇ ਵਿੱਚ ਜਦੋਂ ਕਿ ਤੀਰਥਾਂ 'ਤੇ ਜਾਂਦੇ, 68 ਤੀਰਥਾਂ ਦੇ ਇਸ਼ਨਾਨ ਕਰਦੇ, ਪੁੰਨ ਦਾਨ ਇਤਿਆਦਿਕ ਕਰਦੇ, ਇੱਥੇ ਕਿਰਪਾ ਹੋਈ ਹੈ। ਸਾਰੇ ਨਗਰ ਨੂੰ ਹੀ ਇੱਥੇ ਇਹ ਪ੍ਰਾਪਤੀ ਹੋ ਗਈ। ਪਰਸੋਂ ਤੋਂ ਧੁਰ ਦਰਗਾਹੀ ਇਲਾਹੀ ਬਖਸ਼ੀ ਬਾਣੀ ਦੇ ਅਖੰਡ ਪਾਠ ਵਿਸ਼ਵ ਗੁਰਮਤ ਰੂਹਾਨੀ ਮਿਸ਼ਨ ਦੇ ਬਾਨੀ ਮਹਾਂਪੁਰਸ਼ਾਂ ਦੇ ਜੀਵਨ ਸਾਥੀ ਬੀਤਰਾਗ ਅਵਸਥਾ ਦੇ ਮਾਲਕ ਪਰਮ ਪੂਜੈ ਸਤਿਕਾਰਯੋਗ ਜੀ ਜੀ ਦੀ ਯਾਦ ਅੰਦਰ ਅਖੰਡ ਪਾਠ ਪ੍ਰਾਰੰਭ ਹੋਏ, ਕੱਲ੍ਹ ਮੱਧ ਅਤੇ ਅੱਜ ਭੋਗ ਪਾਏ ਗਏ ਹਨ। ਭੋਗ ਤੋਂ ਉਪਰੰਤ ਉਹਨਾਂ ਦੀ ਸੇਵਾ ਦੇ ਵਿੱਚ ਪੂਰੇ 12 ਸਾਲ ਜਿਨ੍ਹਾਂ ਨੇ ਲਾਏ, ਇਸੇ ਹੀ ਤੁਹਾਡੇ ਨਗਰ ਦੇ ਹੀਰੇ ਬਾਬਾ ਜਸਵਿੰਦਰ ਸਿੰਘ ਜੀ ਘੋਲਾ, ਜਿਨ੍ਹਾਂ ਨੇ ਤੁਹਾਨੂੰ ਬਹੁਤ ਹੀ ਸੋਹਣੇ ਕੀਰਤਨ ਵਿਚਾਰਾਂ ਦੁਆਰਾ ਨਿਹਾਲ ਕੀਤਾ। ਉਹਨਾਂ ਤੋਂ ਉਪਰੰਤ ਬਜ਼ੁਰਗ ਅਵਸਥਾ ਹੈ, ਜਿਵੇਂ ਦੱਸ ਰਹੇ ਸੀ ਕਿ ਠੰਡ ਹੈ ਅੱਜ, ਅਤੇ ਠੰਡ ਦੇ ਵਿੱਚ ਵੀ ਬੜੀਆਂ ਮਹਾਨ ਸ਼ਖਸੀਅਤਾਂ ਪਹੁੰਚੀਆਂ। ਬਾਬਾ ਫਕੀਰ ਸਿੰਘ ਜੀ ਦੀ ਉਮਰ ਵਡੇਰੀ ਹੈ, ਸਾਡੇ ਨਾਲ ਕਨੇਡਾ ਗਏ, ਉੱਥੇ ਠੰਡ ਲੱਗ ਗਈ, ਫਿਰ ਕਾਫੀ ਸਮਾਂ ਬੈੱਡ ਰੈਸਟ ਹੋਈ, ਪਰ ਹੁਣ ਕਿਰਪਾ ਹੈ ਦੁਬਾਰਾ ਫਿਰ ਪਾਤਸ਼ਾਹ ਨੇ ਰਹਿਮਤ ਕੀਤੀ ਹੈ। ਕਿੰਨੀ ਬਰਾਗਮਈ ਕਵਿਤਾ ਦੇ ਰਾਹੀਂ ਉਹ ਦ੍ਰਿਸ਼ਟਮਾਨ ਕਰ ਦਿੱਤਾ ਜਦੋਂ ਐਸਾ ਦਰਬਾਰ ਲੱਗਦਾ, ਕਿਉਂਕਿ ਸਾਧੂ ਬਿਨ ਨਾ ਦਰਬਾਰ ਐਸੇ ਸ਼ੁਭਨੀਕ ਹੁੰਦੇ, ਉਸ ਸਮੇਂ ਸੋਭਾ ਪਾਉਂਦੇ। ਅੱਜ ਇੱਥੇ ਵੀ ਇਹਨਾਂ ਨੇ ਆ ਕੇ ਦਰਸ਼ਨ ਦਿੱਤੇ। ਹੋਰ ਕਿੱਡੀਆਂ ਮਹਾਨ ਸ਼ਖਸੀਅਤਾਂ, ਬੀਬੀ ਮੋਹਣਜੀਤ ਕੌਰ ਜੀ, ਬੜਾ ਇਹਨਾਂ ਨੇ ਦਾਨ ਕੀਤਾ, ਰਤਵਾੜਾ ਸਾਹਿਬ ਭੂਮੀ ਦਾਨ ਕੀਤਾ। ਇੱਕ ਤਾਂ ਰਤਵਾੜਾ ਪੈਂਤਪੁਰ ਚਾੜ ਮਾਜਰੇ ਦਾ ਭੂਮੀ ਦਾਨ ਹੈ, ਪਰ ਇੱਕ ਹਿਡਨ ਹੈਂਡ ਹੁੰਦਾ ਹੈ, ਇਹਨਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਉਹਨਾਂ ਸਮਿਆਂ 'ਚ 2 ਏਕੜ ਜ਼ਮੀਨ ਖਰੀਦ ਕੇ ਦਿੱਤੀ, ਫਿਰ ਉੱਧਰ ਨਿਰਮਲ ਡੇਰੇ ਵੀ ਸੇਵਾ ਕੀਤੀ, ਅਨੰਦਪੁਰ ਸਾਹਿਬ ਵੀ ਸੇਵਾ। ਅੱਜ ਉਹਨਾਂ ਨੇ ਵੀ ਇੰਨੀ ਠੰਡ ਦੇ ਵਿੱਚ ਆ ਕੇ ਇੱਥੇ ਦਰਸ਼ਨ ਦਿੱਤੇ, ਇੱਥੇ ਵੀ ਲੰਗਰਾਂ 'ਚ ਸੇਵਾ ਕੀਤੀ। ਸੋ ਸਾਰੇ ਤੁਸੀਂ ਆ ਨਗਰ ਸਾਰੇ ਜੇ ਦੇਖੀਏ, ਸੇਵਾ ਸਿਮਰਨ ਦਾ ਪੁੰਜ ਹੈ। ਸਤਿਕਾਰਯੋਗ ਮਾਤਾਵਾਂ, ਭੈਣਾਂ, ਬੱਚੀਆਂ,
ਇੰਨੀ ਠੰਡ ਹੁੰਦੀ ਹੈ, ਰੋਜ਼ ਰਤਵਾੜਾ ਸਾਹਿਬ ਜਾ ਕੇ ਗੁਰੂ ਕੇ ਲੰਗਰਾਂ ਦੀ ਸੇਵਾ ਕਰਦੀਆਂ ਹਨ, ਕਿੰਨੀਆਂ ਹੀ ਸੰਗਤਾਂ ਹਨ, ਫਿਰ ਦੁੱਧ ਦੀ ਸੇਵਾ ਰੋਜ਼ਾਨਾ ਹੀ ਇੱਥੋਂ ਬਾਬਾ ਗੁਰਬਚਨ ਸਿੰਘ ਜੀ ਤੁਹਾਡਾ ਇਹ ਦੁੱਧ ਇਕੱਠਾ ਕਰਕੇ ਲੈ ਕੇ ਜਾਂਦੇ ਨੇ। ਇੱਥੇ ਹੀ ਵਸ ਨੇ ਭਾਈ ਜਸਵੀਰ ਸਿੰਘ ਜੀ, ਕਿੰਨੀ ਸੇਵਾ ਹੈ, ਅਨੰਦਪੁਰ ਸਾਹਿਬ ਤੱਕ ਜਿੱਥੇ ਰਹਿਣ ਸਵਾਈ ਕੀਰਤਨ ਹੁੰਦਾ ਉੱਥੋਂ ਤੱਕ ਦੁੱਧ ਦੀ ਸੇਵਾ ਹੈ ਭੇਜਦੇ ਨੇ, ਰੋਜ਼ ਹੀ ਸੇਵਾ ਕਰਦੇ ਨੇ। ਇੱਕ ਤੋਂ ਇੱਕ ਚੜ੍ਹਨ ਦੀਆਂ, ਇੱਕ ਤੋਂ ਇੱਕ ਵੱਧ ਹਨ। ਧੰਨ ਹੈ ਨਗਰੀ, ਪੂਜਨ ਯੋਗ ਹੈ, ਸਾਡੇ 'ਤੇ ਤਾਂ ਰਿਣ ਹੈ ਕਿਉਂਕਿ ਇੱਥੋਂ ਦੀ ਮਿੱਟੀ ਲੱਗੀ ਹੈ। ਸੋ ਇਸ ਨਗਰੀ ਦੇ ਵਿੱਚ ਅੱਜ ਆਪਾਂ ਉਹਨਾਂ ਪਰਮ ਪੂਜਾ ਸਤਿਕਾਰਯੋਗ ਬੀਜ ਜੀ ਦੀ ਯਾਦ ਦੇ ਵਿੱਚ ਜੁੜ ਰਹੇ ਹਾਂ, ਜਿਨ੍ਹਾਂ ਦੀ ਐਸੀ ਕਥਾ ਹੈ। ਜਿਵੇਂ ਕੱਲ੍ਹ ਵੀ ਆਪਾਂ ਇੱਥੇ ਵਿਚਾਰ ਛੱਡੀ ਸੀ ਕਿ ਕਿਵੇਂ ਰਤਵਾੜਾ ਸਾਹਿਬ ਗੁਰਦੁਆਰਾ ਈਸ਼ਰ ਪ੍ਰਕਾਸ਼ ਪ੍ਰਗਟ ਹੋਏ, ਉਹ ਛੱਪੜੀ ਜਿਹਦੇ ਵਿੱਚੋਂ ਸੰਤ ਕਰਤਾਰ ਸਿੰਘ ਜੀ ਭੈਰੋ ਮਾਜਰੇ ਵਾਲਿਆਂ ਨੇ ਕਿੱਡਾ ਉਹ ਪ੍ਰਗਟ ਕੀਤੀ, ਬਖਸ਼ਿਸ਼ ਕੀਤੀ, ਕਿੰਨੇ ਉੱਥੋਂ ਰੋਗ ਟੁੱਟੇ, ਡੰਗਰ ਚਾਰਨ ਵਾਲੇ ਸੰਗਾਲਾਂ ਦੇ ਪ੍ਰੇਮੀ ਜਿਨ੍ਹਾਂ ਦਾ ਸਕਿਨ ਦਾ ਰੋਗ ਠੀਕ ਹੋ ਗਿਆ। ਮਾਘ ਦਾ ਮਹੀਨਾ ਹੈ, ਧੂੜੀ ਦੇ ਇਸ਼ਨਾਨ ਦਾ ਮਹਾਤਮ ਦੱਸਿਆ ਹੈ, ਸੁਣਿਆ ਹੈ ਤੁਸੀਂ ਕਿ ਕਿਵੇਂ ਮੁੱਖ ਧੂੜ ਹੁੰਦੀ ਹੈ, ਬਚਨਾਂ ਦੇ ਵਿੱਚ ਇਸ਼ਨਾਨ ਹੋਣਾ, ਬਾਣੀ ਦਾ ਪ੍ਰਵਾਹ ਚੱਲਿਆ 3 ਦਿਨ, ਹੋਰ 3 ਦਿਨ ਚੱਲਣਾ ਹੈ, ਪ੍ਰਵਾਹ ਚੱਲਦਾ ਹੀ ਹੈ ਲਗਾਤਾਰ। ਇਹ ਮੁੱਖ ਧੂੜ ਦਾ ਇਸ਼ਨਾਨ ਹੈ। ਧੁਰਕੀ ਬਾਣੀ ਆਈ, 3 ਸਗਲੀ ਚਿੰਤ ਮਟਾਈ। ਦੂਜੀ ਵੀ ਧੂੜ ਸੰਗਤਾਂ ਦੀ ਮਿਲ ਰਹੀ ਹੈ, ਕਿੱਥੋਂ ਕਿੱਥੋਂ ਸੰਗਤ ਇੱਥੇ ਪਹੁੰਚ ਰਹੀ ਹੈ, ਇੱਥੇ ਹੀ ਵਸਨੇ। ਮੀਡੀਏ ਦਾ ਯੁੱਗ ਹੈ। ਅੱਜ ਮੈਨੂੰ ਉੱਥੋਂ ਡਾਕਟਰ ਪਰਮਵੀਰ ਸਿੰਘ ਜੀ ਦੇ ਘਰੋਂ ਬੀਬੀ ਦਾ ਟੈਲੀਫੋਨ ਆਇਆ, ਬਹੁਤ ਪਿਆਰਾ ਪਰਿਵਾਰ ਹੈ, ਡਾਕਟਰ ਨੇ 3 ਡਾਕਟਰ ਦਾ ਪਰਿਵਾਰ ਦੇ ਹੀ ਨੇ, ਇੱਥੇ ਆ ਕੇ ਵੀ ਸੇਵਾ ਕਰਦੇ ਨੇ। ਕਹਿੰਦੇ ਅਸੀਂ ਅੱਧੀ ਰਾਤ ਤੱਕ ਵੀ ਇਹ ਸਤਸੰਗ ਉੱਥੇ ਬੈਠ ਕੇ ਕਰਦੇ ਨੇ, ਸੁਣਦੇ ਨੇ। ਸੋ ਸਤਸੰਗ ਭਾਗਾਂ ਦਾ ਇਹ ਨਾਲ ਇਹ ਸਮਾਂ ਮਿਲਦਾ ਹੈ। ਪਰਮ ਪੂਜਾ ਸਤਿਕਾਰਯੋਗ ਬੀਜੀ ਸੂਰਬੀਰ ਬਚਨ ਕੇ ਬਲੀ, ਕਿਉਂਕਿ ਕਹਿਣ ਨੂੰ ਤਾਂ ਅਸੀਂ ਵੀ ਕਹਿੰਦੇ ਹਾਂ, ਪਰ ਪ੍ਰੈਕਟੀਕਲ ਜੀਵਨ ਬਚਨ ਕਰ ਦੇਣਾ, ਸਾਧ ਵਚਨ ਟਲਾਦਾ, ਬਾਕੀ ਤਾਂ ਬਨਾਸ ਹੋ ਸਕਦੇ ਨੇ। ਅੰਡ ਬਨਾਸੀ, ਜੇਰ ਬਨਾਸੀ, ਉਤਬੁਜ ਸੇਤ ਬਨਾਦਾ, ਇਹ ਸਾਰੇ ਖਤਮ ਹੋ ਸਕਦੇ ਨੇ, ਪਰ ਉਹ ਬਚਨ ਐਸੇ ਬਚਨ ਤਾਰਦੇ ਨੇ। ਸਤਿਗੁਰੂ ਬਚਨ, ਬਚਨ ਹੈ ਸਤਿਗੁਰ, ਐਸਾ ਹੈ ਜਿਹੜੇ ਇਹ ਬਚਨ ਹਨ। ਪਾਦਰ ਮੁਕਤ ਜਨਾਵੈ ਗੋ, ਉਹ ਬਚਨ ਪਾਰ ਲਾ ਦਿੰਦੇ ਹਨ। ਇੱਥੇ ਤੁਹਾਡੇ ਨੇੜੇ ਨਗਰ ਪੜ੍ਹਾਉਂਦੀਆਂ, ਇੱਥੋਂ ਦਾ ਪ੍ਰੇਮੀ ਮਹਾਂਪੁਰਸ਼ਾਂ ਦੇ ਨਿਵਾਸ ਸਥਾਨ 'ਤੇ ਸੇਵਾ ਕਰਦਾ, ਸਫਾਈ ਕਰਦਾ, ਵਸਤਰ ਧੋਣ ਦੀ ਸੇਵਾ, ਹੋਰ ਸੇਵਾ ਮਿਲੀ, ਅਤੇ ਸਕਿਨ ਉਹਦੀ ਸਾਰੀ ਖਰਾਬ। ਮਹਾਂਪੁਰਸ਼ਾਂ ਦੇ ਬਚਨ ਤਾਜੇ
ਚਲੋ ਤਾਂ ਬਹੁਤ ਔਖੇ ਮਿਲਦੇ, ਪਰ ਬੀਜੀ ਦੇ ਬੜੇ ਹੀ ਸੌਖੇ ਮਿਲ ਜਾਂਦੇ, ਕਿਉਂਕਿ ਉਹ ਜ਼ੀਰੋ ਲੈਵਲ 'ਤੇ, ਗਰਾਊਂਡ ਲੈਵਲ 'ਤੇ ਸੰਗਤ 'ਚ ਵਿਚਰਦੇ, ਸਾਰਾ ਪ੍ਰਬੰਧ ਕਰਦੇ। ਜਿਵੇਂ ਮਾਤਾ ਚੰਦ ਕੌਰ ਜੀ, ਬਾਬਾ ਖੁਦਾਸ ਸਿੰਘ ਜੀ ਦੇ ਜੀਵਨ ਸਾਥੀ, 14 ਸਾਲ ਉਹਨਾਂ ਤੋਂ ਬਾਅਦ ਵੀ ਜੀਵਨ ਦਾਨ ਬਖਸ਼ਿਸ਼ ਕਰਦੇ ਰਹੇ। ਬੀਜੀ ਨੇ ਵੀ ਪੂਰੇ 12 ਸਾਲ ਮਹਾਂਪੁਰਸ਼ਾਂ ਦੇ ਸਰੀਰ ਤੋਂ ਬਾਅਦ ਕੈਸੀ ਖੇਡ ਵਰਤਾਈ, ਅਸੀਸਾਂ ਦਿੱਤੀਆਂ, ਨਾਮ ਦੀ ਅਸੀਸ ਦਿੰਦੇ ਅਤੇ ਬਚਨ ਕਰਦੇ। ਹੁਣ ਉਹ ਪ੍ਰੇਮੀ ਨੂੰ ਬਚਨ ਕਰ ਦਿੱਤਾ, ਸਕਿਨ ਖਰਾਬ ਹੈ, ਕਹਿੰਦੇ ਤੂੰ ਧੂੜੀ ਦਾ ਇਸ਼ਨਾਨ ਕਰ ਲੈ, ਇਹ ਪਵਿੱਤਰ ਧੂੜੀ ਹੈ, ਜਿੱਥੇ ਕਿਤੇ ਸ੍ਰੀ ਭਗਵਾਨ ਕ੍ਰਿਸ਼ਨ ਮਹਾਰਾਜ ਜੀ ਦੇ ਚਰਨ ਪਏ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ, ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਦੀ ਧਰਤੀ। ਕਹਿੰਦੇ ਆ ਜਿਹੜੇ ਉਸ ਸਮੇਂ ਟਿੱਬੇ ਸਨ ਕਿ ਇੱਥੇ ਸੰਗਤਾਂ ਦੇ ਚਰਨ ਪਏ ਨੇ, ਤੂੰ ਇਹਦੇ ਵਿੱਚ ਇਸ਼ਨਾਨ ਕਰ। ਸੰਗ ਗਿਆ ਕਿ ਸੰਗਤ ਕੀ ਕਹੂ, ਕੱਪੜੇ ਖੋਲ੍ਹ ਕੇ ਜੇ ਮੈਂ ਲਿਟਿਆ, ਬੀਜੀ ਦੇ ਬਚਨ ਸਿੱਧੇ ਹੀ ਕਿ ਇਹਦੇ ਵਿੱਚ ਲਿਟ ਲੈ, ਠੀਕ ਹੋ ਜਾਵੇਗਾ। ਮੈਡੀਕਲ ਸਾਇੰਸ ਤਾਂ ਕਹੂਗੀ ਕਿ ਇਨਫੈਕਸ਼ਨ ਹੋ ਜਾਵੇਗੀ, ਪਰ ਉਹਨੂੰ ਵਿਸ਼ਵਾਸ ਭਰੋਸਾ ਬਚਨ 'ਤੇ। ਰਾਤ ਨੂੰ ਜਦੋਂ ਸਾਰੇ ਇੱਥੇ ਕੋਈ ਨਹੀਂ ਸੀ, ਉਸ ਸਮੇਂ ਉਹਨੇ ਕੱਪੜੇ ਖੋਲ੍ਹ ਕੇ ਧੂੜੀ ਵਿੱਚ ਲਿਟਿਆ। ਕਹਿਵੇ ਕੋ ਸੋਭਾ ਨਹੀਂ, ਉਹਨੂੰ ਪੁੱਛ ਲਿਓ ਤੁਸੀਂ ਕਿਵੇਂ ਠੀਕ ਹੋਇਆ, ਭਾਈ ਦਰਸ਼ਨ ਸਿੰਘ ਜੀ ਮਾਲੀ ਹੈ। ਸੋ ਇਸ ਤਰ੍ਹਾਂ ਪ੍ਰਤੱਖ ਨੂੰ ਮਿਸਾਲ ਦੇਣ ਦੀ ਲੋੜ ਨਹੀਂ ਪੈਂਦੀ, ਸਾਹਮਣੇ ਪ੍ਰਮਾਣ ਹਨ। ਹੁਣ ਤੁਸੀਂ ਤਾਂ ਸਾਰੇ ਜਾਣਦੇ ਹੋ, ਆਓ ਐਸੇ ਦਿਨ 'ਤੇ ਕਿੱਡਾ ਵੱਡਾ ਮਹਾਨ ਕੁੰਭ, ਗੁਰੂ ਦੇ ਚਰਨਾਂ ਵਿੱਚ ਬੈਠ ਕੇ ਇਹ ਇਸ਼ਨਾਨ ਕਰੀਏ। ਤੂੜੀ ਕਰ ਇਸ਼ਨਾਨ ਕਰ ਮਨ ਮੇਰੇ ਜੀ, ਤੂੜੀ ਕਰ ਇਸ਼ਨਾਨ ਮਨ ਮੇਰੇ ਮੇਰੇ
ਹਰ ਕਾ ਨਾਮ ਧਿਆਈ ਸੁਣ ਐਸਾ ਹੈ ਕਿ ਇਹ ਧੂੜੀ ਦਾ ਇਸ਼ਨਾਨ ਤੁਸੀਂ ਤਾਂ ਭਾਗਾਂ ਵਾਲੇ ਹੋ ਘਰ ਚ ਹੀ ਗੰਗਾ ਆ ਗਈ ਹਰ ਕੀ ਕਥਾ ਹੋਤ ਹੈ ਜਹਾਂ ਗੰਗਾ ਪੀ ਚੱਲ ਆਵਤ ਤਾਂ ਕਿੰਨਾ ਨੇੜੇ ਐਸਾ ਸਥਾਨ ਪ੍ਰਗਟ ਹੋਇਆ ਜਿੱਥੇ ਤੁਹਾਡੇ ਛੋਟੇ ਛੋਟੇ ਨੰਨੇ ਮੁੰਨੇ ਬੱਚੇ ਪੜ੍ਹਨ ਜਾਂਦੇ ਨੇ ਬੜੀ ਖੁਸ਼ੀ ਹੁੰਦੀ ਹੈ। ਪਿਛਲੇ ਦਿਨੀ ਅਸੀਂ ਟੋਰਾਂਟੋ ਗਏ ਮੈਂ ਸੋਚਿਆ ਕਿ ਇੱਥੇ ਕੌਣ ਹੈ ਜਦੋਂ ਦੇਖਿਆ ਛੋਟੀਆਂ ਬੱਚੀਆਂ ਕੋਈ ਕਿ ਮੈਂ ਪੜੌਲ ਤੋਂ ਹਾਂ ਕੋਈ ਕਿ ਰਤਵਾੜਾ ਕੋਈ ਪੈਂਤਪੁਰ ਕੋਈ ਇੱਧਰੋਂ ਮੈਂ ਹੈਰਾਨ ਕਿ ਬੱਚੀਆਂ ਇਸੇ ਨਗਰ ਦੀਆਂ ਪੰਜ ਬੱਚੀਆਂ ਇਹਨਾਂ ਸਕੂਲਾਂ 'ਚ ਪੜ੍ਹ ਕੇ ਕੈਨੇਡਾ 'ਚ ਸੈਟਲ ਹੋ ਗਈਆਂ ਸਟੱਡੀ ਵੀਜ਼ੇ 'ਤੇ ਆਈਲੈਟਸ ਕਰਕੇ ਪਹੁੰਚ ਗਈਆਂ ਇੱਥੇ ਆ ਕਿਹਾ ਕਰੇ ਹਰਪ੍ਰੀਤ ਕਿ ਮੈਂ ਬਾਹਰ ਪੜ੍ਹਨ ਜਾਣਾ ਮੈਂ ਤੈਨੂੰ ਤਾਂ ਕਿਸੇ ਨੇ ਮੁੱਲਾਂ ਪਰ ਨਹੀਂ ਭੇਜਣ ਆਉਣ ਦੇਣਾ ਕੌਣ ਭੇਜਦਾ ਧੀਆਂ ਨੂੰ ਅੱਜ ਕੱਲ੍ਹ ਸਮਾਂ ਐਸਾ ਪਰ ਉੱਥੇ ਨਹੀਂ ਉੱਥੇ ਤਾਂ ਇੱਕ ਤਾਂ ਹੈਗਾ ਗੋਡ ਇਜ਼ ਲਵ ਲਵ ਇਜ਼ ਗੋਡ ਪਰ ਐਤਕੀ ਮੈਂ ਹੋਰ ਸੁਣਿਆ ਕਹਿੰਦੇ ਗੋਰੇ ਤਾਂ ਲਾ ਇਜ਼ ਗੋਡ ਕਾਨੂੰਨ ਨੂੰ ਹੀ ਰੱਬ ਮੰਨਦੇ ਹਨ ਕਾਨੂੰਨ ਨੂੰ ਇੰਨਾ ਮੰਨਦੇ ਨੇ ਕੋਈ ਕਿਸੇ ਵੱਲ ਅੱਖ ਚੁੱਕ ਕੇ ਨਹੀਂ ਵੇਖ ਸਕਦਾ ਜੇ ਕਿਸੇ ਗੋਰੀ ਬੀਬੀ ਵੱਲ ਵੇਖ ਲਓ ਉਹ ਕਹੂਗੀ ਕਿ ਤੂੰ ਮੇਰੀ ਹੈਲਪ ਚਾਹੁੰਦਾ ਹੈ ਬੜਾ ਹੁੰਦਾ ਹੈ ਸਾਡੇ ਤਾਂ ਹੋਰ ਤਰ੍ਹਾਂ ਦੇ ਗੱਲਾਂ ਬਾਤਾਂ ਹਨ ਪਰ ਉੱਥੇ ਪ੍ਰੈਕਟੀਕਲ ਲਾਈਫ ਹੈ ਬੜੀ ਖੁਸ਼ੀ ਹੁੰਦੀ ਕਿੰਨੇ ਬੱਚੇ ਉਹ ਮਹਾਂਪੁਰਸ਼ਾਂ ਦਾ ਬਚਨ ਸਾਕਾਰ ਹੋਇਆ ਬੀਜੀ ਦੀਆਂ ਅਸੀਸਾਂ ਮਿਲੀਆਂ ਸਟੱਡੀ ਵੀਜ਼ੇ 'ਤੇ ਉਹ ਦਿਨ ਬਚਨ ਤੁਸੀਂ ਰਿਕਾਰਡ 'ਤੇ ਨੇ ਯਾਦ ਕਰ ਲਓ ਕੋਈ ਬੱਚੇ ਪੜ੍ਹ ਕੇ ਬਾਹਰ ਜਾਇਆ ਕਰਨਗੇ ਪੜ੍ਹਨ ਜਾਇਆ ਕਰਨਗੇ ਹੋਰ ਤਾਂ ਹੋਰ ਸਾਡੇ ਕੋਲ ਆ ਭਾਈ ਜੱਗਾ ਸਿੰਘ ਸੀ ਨਾ ਪੜ੍ਹਿਆ ਨਾ ਲਿਖਿਆ ਸਕੂਲ ਭੇਜਣਾ ਤਾਂ ਵੀ ਨਾ ਕਿੱਡੀ ਕਿਰਪਾ ਹੋ ਗਈ ਇਹੋ ਜਿਹੇ ਵੀ ਉੱਥੇ ਪਹੁੰਚ ਗਏ ਸੋ ਇਹ ਦ੍ਰਿਸ਼ਟੀ ਹੈ ਸਤਿਪੁਰਸ਼ਾਂ ਦੀ ਪਰਮ ਪੂਜੇ ਸਤਿਕਾਰਯੋਗ ਬੀਜੀ ਦੀ ਆਸ਼ੀਰਵਾਦ ਹੈ ਕਿ ਕਿੰਨੇ ਬਚਨ ਸਾਕਾਰ ਹੋਏ ਧੂੜੀ ਐਵੇਂ ਨਹੀਂ ਮਿਲ ਜਾਂਦੀ ਧੂੜੀ ਤਾਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਕਿਉਂਕਿ ਮਾਘ ਦਾ ਮਹੀਨਾ ਹੈ ਇਸ਼ਨਾਨ ਦੀ ਬੜੀ ਮਹਾਨਤਾ ਹੁੰਦੀ ਇੱਥੇ ਸਾਡੇ ਬਾਬਾ ਜੀ ਜਿਨ੍ਹਾਂ ਨੇ ਸਾਨੂੰ ਇਹ ਜਾਗ ਲਾਈ ਬਾਬਾ ਰੌਲਾ ਸਿੰਘ ਜੀ ਹੌਲਦਾਰ ਆ ਮਾਘ ਮਹੀਨੇ ਸਣ ਕੇ ਸੀ ਇਸ਼ਨਾਨ ਕਰਨਾ ਅੱਜ ਕੱਲ੍ਹ ਤਾਂ ਗਰਮ ਪਾਣੀ ਹੋਰ ਸਾਧਨ ਹੋ ਗਏ ਠੰਡੇ 'ਚ ਇਸ਼ਨਾਨ ਕਰਨਾ ਕਿੰਨੇ ਔਖੇ ਸਾਧਨ ਸਾਨੂੰ ਵੀ ਲਗਨ ਲੱਗਣੀ ਕਿ ਕਿੰਨਾ ਤਪ ਵਾਲਾ ਜੀਵਨ ਹੈ ਐਸਾ ਇਸ਼ਨਾਨ ਚਲੋ ਬਾਹਰਲੇ ਇਸ਼ਨਾਨ ਦੀ ਕੋਈ ਖਾਸ ਮਹੱਤਤਾ ਨਹੀਂ ਠੀਕ ਹੈ
ਅੰਮ੍ਰਿਤ ਵੇਲੇ ਇਸ਼ਨਾਨ ਕਰੋ, ਆਕਸੀਜਨ ਦੀ ਮਾਤਰਾ O2 ਤੋਂ O3 ਹੋ ਜਾਂਦੀ ਹੈ, ਕਿਉਂਕਿ ਜਿਹੜਾ ਵਾਟਰ ਪਾਣੀ ਹੈ H2 ਹਾਈਡਰੋਜਨ ਅਤੇ ਆਕਸੀਜਨ ਦਾ ਸੁਮੇਲ ਹੈ, ਦੋਵੇਂ ਮਿਲ ਕੇ ਬਣਦੇ ਨੇ। ਸਵੇਰੇ ਸਵੇਰੇ ਤਾਂ ਮਾਤਰਾ ਆਕਸੀਜਨ ਦੀ ਇੰਨੀ ਵੱਧਦੀ ਹੈ ਕਿ ਇਹਦੇ ਵਿੱਚ O3 ਆਕਸੀਜਨ ਜ਼ਿਆਦਾ ਹੋਣ ਕਰਕੇ ਉਹ ਪਾਣੀ ਦਾ ਇਸ਼ਨਾਨ ਵੀ ਕਰ ਲਓ, ਕਿੰਨਾ ਸਰੀਰ ਨੂੰ ਤਾਕਤਵਰ ਕਰ ਦਿੰਦਾ ਹੈ। ਤਾਂ ਹੀ ਠੰਡੇ ਪਾਣੀ 'ਚ ਇਸ਼ਨਾਨ ਹੋ ਜਾਂਦੇ, ਜਲ ਧਾਰੇ ਕਰਦੇ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਹੱਤਤਾ ਅੰਦਰਲੇ ਇਸ਼ਨਾਨ ਨੂੰ ਦਿੱਤੀ। ਬੀਜੀ ਕੋਲ ਜੇ ਕੋਈ ਜਾਂਦਾ, ਬੜੇ ਸਿਧਾਂਤ ਦੀ ਗੱਲ ਕਰਦੇ। ਇੱਕ ਵਾਰੀ ਬੈਂਕ ਦਾ ਮੈਨੇਜਰ, ਉਹਨੂੰ ਵਿਸ਼ਵਾਸ ਨਾ ਆਵੇ ਕਿ ਇੰਨੀ ਪਾਵਰ ਹੈ ਬੀਜੀ ਦੀ, ਉਹ ਚਲਾ ਗਿਆ। ਜਾਣ ਕੇ ਕੋਈ ਉਹਦੀ ਆਪਣੀ ਭਾਵਨਾ ਹੋਣੀ ਹੈ, ਬੀਜੀ ਕੋਲ ਜਾ ਕੇ ਇਸੇ ਬਚਨ ਕਰਨ ਲੱਗ ਗਿਆ ਕਰਮ ਕਾਂਡ ਦੇ, ਕਿ ਇਸ ਤਰ੍ਹਾਂ ਦੇ ਨਾਲ ਆ ਉਹ ਬੀਜੀ ਬੜੀ ਝਾੜ ਪਾਈ, ਮੈਨੂੰ ਵੀ ਨਾਲ ਪਈ। ਕਹਿੰਦੇ ਇਹਨੂੰ ਇੰਨੀ ਵੀ ਅਕਲ ਨਹੀਂ ਕਿ ਗੁਰੂ ਘਰ 'ਚ ਪੂਜਾ ਕਿਹਦੀ ਹੈ, ਪੂਜਾ ਅਕਾਲ ਕੀ, ਦੀਦਾਰ ਖਾਲਸੇ ਦਾ, ਪਰਚਾ ਸ਼ਬਦ ਦਾ। ਬੀਜੀ ਲਗਾਤਾਰ ਹੀ ਬਰਾਗ 'ਚ ਰਹਿੰਦੇ, ਬਰਾਗ ਤੋਂ ਬਾਹਰ ਤਾਂ ਬਹੁਤ ਘੱਟ ਆਉਂਦੇ, ਬਰਾਗ ਤੋਂ ਵੀ ਉੱਪਰ ਇੱਕ ਵੀਤ ਰਾਗ ਅਵਸਥਾ ਹੈ। ਸਵਾਮੀ ਨਿਤਿਆਨੰਦ ਰਮਤਾ ਰਾਮ ਜੀ ਮਹਾਰਾਜ, ਜਿਵੇਂ ਆ ਸਾਡੇ ਨਾਲ ਸਵਾਮੀ ਜੀ ਹਨ, ਹੱਠ ਜੋਗੀ ਨੇ, ਪ੍ਰਾਣਾ ਜਾਮੀ ਨੇ, ਬੜੇ ਇਹਨਾਂ ਕੋਲ ਯੁਕਤੀਆਂ ਨੇ। ਪਿੱਛੇ ਜੇ ਰਤਵਾੜਾ ਸਾਹਿਬ ਮਸਤਾਨਾ ਜੀ ਕਹਿਣ ਲੱਗੇ ਇਹਨਾਂ ਨੂੰ ਕਿ ਅਸੀਂ ਤੁਹਾਡੇ ਤੋਂ ਇਹ ਸਿੱਖਣਾ ਹੈ, ਕੋਈ ਸਟੂਡੈਂਟ ਇਹ ਨਾ ਰਿਹਾ ਮੇਰੇ ਕੋਲ, ਇਹਨਾਂ ਨੇ ਪੂਰੇ 4 ਵਜੇ ਪਹੁੰਚ ਜਾਣਾ, ਕਿਸੇ ਨੇ ਨਾ ਆਉਣਾ। ਇੰਨੇ ਹੱਠ ਨਾਲ 400 ਵਾਰੀ ਪੂਰਾ ਜ਼ੋਰ ਲਾ ਕੇ ਵਾਹਿਗੁਰੂ ਕਰਾਉਣਾ, ਕਿਉਂਕਿ ਯੋਗੀ ਕੋਈ ਇਹ ਨਹੀਂ ਕਿ ਯੋਗ ਮਤ ਨੂੰ ਨਿੰਦ ਦੇਈਏ, ਯੋਗ ਤਾਂ ਨਾਮ ਜੁੜਨ ਦਾ ਹੈ। ਮਹਾਂਪੁਰਸ਼ਾਂ ਨੇ ਸਿਖਾਲਾ ਜਾ ਸਾਨੂੰ ਪੁਰਾਣਾ ਜਾਮ ਦੱਸ ਦਿੱਤਾ ਕਿ ਅੰਦਰ ਨੂੰ ਜਾਂਦੇ ਵਾਹੇ ਸਵਾਸ, ਬਾਹਰ ਨੂੰ ਆਉਂਦਾ ਗੁਰੂ। ਡੀਪ ਬਰੀਥ, ਇਨਹੇਲ, ਜਦੋਂ ਅੰਦਰ ਨੂੰ ਗਿਆ ਅੱਧਾ ਕੁ ਮਿੰਟ ਤੱਕ ਇਹਨੂੰ ਪਹੁੰਚਾਓ। ਸਾਧਨ ਕਰਨ ਨਾਲ, ਪ੍ਰੈਕਟਿਸ ਕਰਨ ਨਾਲ ਪਹੁੰਚ ਜਾਂਦਾ ਹੈ। ਇੱਥੇ ਗਾਉਣ ਵਾਲਾ ਸੀ ਵਿੰਦਰਖੀਆ, ਉਹ 26 ਸੈਕਿੰਡ ਤੱਕ ਉਹਦੀ ਹੇਕ ਜਾਂਦੀ, ਪ੍ਰੈਕਟਿਸ ਨਾਲ ਹੋ ਜਾਂਦਾ ਹੈ। ਸਵਾਸ, ਜੇ ਹੁਣ ਕਹੋ ਕਿ ਰੈਪੀਟੇਸ਼ਨ, ਸਵਾਸ ਵੀ ਤਾਂ ਵਾਰ ਵਾਰ ਆਉਂਦਾ, ਰਿਪੀਟ ਹੁੰਦਾ, ਇਸੇ ਤਰ੍ਹਾਂ ਰੈਪੀਟੇਸ਼ਨ 'ਚ ਐਨਰਜੀ ਆ ਜਾਂਦੀ ਹੈ। ਸਵਾਸ ਡੂੰਘਾ ਲੈ ਕੇ ਛੱਡੋ, ਜਿੰਨਾ ਵੀ ਡੂੰਘਾ ਹੋ ਸਕਦਾ ਹੈ। ਐਕਸਹੇਲ, ਬਾਹਰ ਨੂੰ ਆਇਆ ਗੁਰੂ। ਮਹਾਂਪੁਰਸ਼ ਸਖੈਨ ਢੰਗ ਨਾਲ ਦੱਸ ਦਿੰਦੇ ਬੀਜੀ ਦੀ ਅਵਸਥਾ ਇੰਨੀ ਉੱਚੀ,
ਰਾਗ ਵੈਰਾਗ ਤੋਂ ਵੀ ਉੱਪਰ ਵੀਤ ਰਾਗ ਉਹ ਰਮਤਾ ਰਾਮ ਜੀ ਸਵਾਮੀ ਜੀ ਗਏ, ਨਮਸਕਾਰ ਕੀਤੀ। ਉਹਨਾਂ ਨੇ ਪੁੱਛਿਆ ਕਿ ਕਿੱਥੋਂ ਆਏ ਹੋ, ਫਿਰ ਪੁੱਛਿਆ ਉਹਨਾਂ ਨੇ ਦੱਸ, ਅਸੀਂ ਵੀ ਕਿਹਾ ਕਿ ਇਹ ਆਪਣੇ ਨੇੜੇ ਹੀ ਨੇ ਭੂਰੀ ਵਾਲੇ ਮਹਾਂਪੁਰਸ਼, ਇਹਨਾਂ ਦਾ ਸਥਾਨ ਹੈ। 2 ਮਿੰਟ ਬਾਅਦ ਅੰਤਰਮੁਖ ਹੋ ਗਏ, ਫਿਰ ਪੁੱਛਣ ਲੱਗ ਗਏ ਕਿ ਕਿੱਥੋਂ ਆਏ ਹੋ। ਅਸੀਂ ਕਿਹਾ ਕਿ ਪਹਿਲਾਂ ਦੱਸਿਆ, ਆਮ ਇਨਸਾਨ ਦੀ ਮੱਤ ਹੁੰਦੀ ਉਹ ਸਵਾਮੀ ਜੀ ਨਮਸਕਾਰਾਂ ਕਰੀ ਜਾਣ। 3 ਵਾਰੀ ਕਿਹਾ, ਸੁਣ ਰੇ ਤੂੰ ਕੌਣ, ਕਹਾਂ ਤੇ ਆਇਓ, ਇਹ ਤਿੰਨਾਂ ਜਾਣੇ ਕੀਤੀ ਕੁ ਮੁੱਦਤ ਚੱਲ ਤੇ ਖਬਰ ਨਾ ਪਾਇਓ। ਅਤਰੰਗ ਸਾਧਨ ਬੀਜੀ ਦੇ ਇੰਨੇ ਵੀਤ ਰਾਗ ਅਵਸਥਾ ਜਿੱਥੇ ਨਾ ਰਾਗ ਨਾ ਵਿਰਾਗ। ਉਹ ਸਵਾਮੀ ਜੀ ਬਾਅਦ 'ਚ ਮੈਨੂੰ ਕਹਿਣ ਲੱਗੇ ਕਿ ਮੈਂ ਇਹ ਸਾਰੇ ਵੇਦ ਸ਼ਾਸਤਰ ਸਿਮਰਤੀਆਂ ਬਹੁਤ ਵਿਦਵਾਨ ਹਨ, ਪੜ੍ਹੇ ਹਨ, ਪੜ੍ਹੀਆਂ ਤਾਂ ਸੀ ਕਿ ਨਿਸ਼ਾਨੀਆਂ ਹੁੰਦੀਆਂ ਹਨ, ਪਰ ਇੱਥੇ ਪ੍ਰਗਟ ਵੇਖੀਆਂ ਵੀਤਰਾਗ ਅਵਸਥਾ ਦੀਆਂ ਕਿ ਜਦੋਂ ਥੋੜ੍ਹਾ ਜਿਹਾ ਥੱਲੇ ਆਏ ਪੁੱਛ ਲਿਆ, ਉਹੀ ਬਾਅਦ ਦੁਬਾਰਾ ਫਿਰ ਪੁੱਛ ਲਿਆ, ਉਸੇ ਅਵਸਥਾ 'ਤੇ ਚਲੇ ਜਾਂਦੇ। ਗੀਤਾ 'ਚ ਕ੍ਰਿਸ਼ਨ ਭਗਵਾਨ ਜੀ ਅਰਜਨ ਨੂੰ ਉਪਦੇਸ਼ ਕਰਦੇ ਕਿ ਜਿਹੜਾ ਇਹ ਰਾਗ ਜਾਂ ਵਿਰਾਗ, ਜਿਹੜੀ ਰਾਗ ਅਟੈਚਮੈਂਟ ਦਾ ਨਾਮ ਰਾਗ, ਵਿਰਾਗ ਡਿਟੈਚਡ ਹੋ ਜਾਣਾ, ਵੀਤ ਰਾਗ ਉਹ ਤੋਂ ਵੀ ਉੱਪਰ ਹੋ ਜਾਣਾ, ਨਾ ਰਾਗ ਨਾ ਵਿਰਾਗ। ਉਹ ਕਹਿੰਦੇ ਬ੍ਰਹਮ ਗਿਆਨ ਅਵਸਥਾ ਦੇ ਮਹਾਂਪੁਰਸ਼ ਕ੍ਰਿਸ਼ਨ ਭਗਵਾਨ ਜੀ ਬਚਨ ਕਰਦੇ ਕਿ ਰਾਗ ਤਾਂ ਉਹਨਾਂ 'ਚ ਵੀ ਪੈਦਾ ਹੋ ਜਾਂਦਾ ਹੈ, ਕਿੰਨੀ ਕੁ ਦੇਰ ਜਿਵੇਂ ਦਰਖਤ ਦੀ ਟਾਹਣੀ ਖਿੱਚੋ, ਉਹ ਥੱਲੇ ਖਿੱਚ ਕੇ ਰੱਖੋ, ਛੱਡ ਦਿਓ, ਫਿਰ ਆਪਣੀ ਜਗ੍ਹਾ 'ਤੇ ਪਹੁੰਚ ਜਾਂਦੀ ਹੈ। ਇਸੇ ਤਰ੍ਹਾਂ ਇਹ ਬੀਜੀ ਦੀ ਅਵਸਥਾ ਜਿੰਨਾ ਕੁ ਪੁੱਛ ਲਿਆ ਦੱਸ ਦਿੱਤਾ, ਫਿਰ ਆਪਣੇ ਰੰਗ ਦੇ ਵਿੱਚ ਪਹੁੰਚ ਗਏ। ਉਹ ਨਿਸ਼ਾਨੀਆਂ ਸਾਰੀਆਂ ਪ੍ਰਗਟ ਦੇਖੀਆਂ ਜਿਹੜੀਆਂ ਦੱਸੀਆਂ ਨੇ ਵਿਰਾਗ ਵਾਲੇ ਮਹਾਂਪੁਰਸ਼ਾਂ ਦੀਆਂ, ਵੀਤਰਾਗ ਅਵਸਥਾ ਦੀਆਂ। ਆਸ਼ਕਾਰਾ ਨਵ ਨਿਸ਼ਾਨੀ ਐ ਪਿਸਰ ਰੰਗ ਜਰਦੋ ਆਹਾ ਸਰਦੋ ਚਸ਼ਮ ਤਰ ਕੰਮ ਗੁਫਤਨੋ ਕੰਮ ਖੁਰਦਨੋ ਖੁਆਬਿਸ਼ ਹਰਾਮ ਇੰਤਜਾਰੀ ਬੇਕਰਾਰੀ ਦਸਤ ਇਸਰ। ਇੰਨੇ ਆਪਣੇ ਪਿਆਰੇ ਦੇ ਪਿਆਰ 'ਚ ਬਰਾਗ 'ਚ ਇਹ ਸਾਰੀਆਂ ਨਿਸ਼ਾਨੀਆਂ ਕਿ ਰੰਗ ਜਰਦੋ ਰੰਗ ਪੀਲਾ ਪੈ ਜਾਣਾ, ਆਹ ਸਰਦੋ ਅੰਦਰੋਂ ਠੰਡੇ ਹੌਂਕੇ ਆਉਣੇ, ਚਸ਼ਮ ਤਰ ਨੇਤਰਾਂ 'ਚੋਂ ਜਲ ਵਹਿਣਾ, ਕੰਮ ਗੁਫਤਨੋਂ ਗੱਲ ਘੱਟ ਕਹਿਣੀ। ਇਸ ਤਰ੍ਹਾਂ ਦੀਆਂ ਇਹ ਨਿਸ਼ਾਨੀਆਂ ਇਹ ਪਿਆਰ ਵਾਲਿਆਂ ਦੇ ਵਿੱਚ ਵੇਖਣ ਨੂੰ ਮਿਲਦੀਆਂ, ਉਹ ਬੀਜੀ ਦੇ ਵਿੱਚ ਪ੍ਰਤੱਖ ਵਰਤਦੀਆਂ। ਫਿਰ ਐਸਾ, ਕਿਉਂਕਿ ਕੋਈ ਪਰਵਾਹ ਨਹੀਂ, ਕਿਉਂਕਿ ਉਹਨਾਂ ਦੀ ਤਾਂ ਪਹੁੰਚ ਉੱਥੋਂ ਤੱਕ, ਜਾਂ ਕੋ ਪਾਖ ਸਵਾਮੀ ਜੀ ਦਾ ਪੱਖ ਹੀ ਮਾਲਕ, ਪਿਤਾ ਵੀ ਦੇਖੋ ਸੰਤ ਬਾਬਾ ਹੀਰਾ ਸਿੰਘ ਜੀ, ਭਾਈ ਰਣਧੀਰ ਸਿੰਘ ਜੀ ਵਰਗੇ ਤਾਂ ਪਰਖ ਕੇ ਲਿਖਦੇ। ਜੀਵਨ ਰੰਗਲੇ ਸੱਜਣ ਪੁਸਤਕ 'ਚ ਪੜ੍ਹ ਲਿਓ ਡਿਟੇਲ 'ਚ ਕਿੰਨਾ ਸੋਹਣਾ ਲਿਖਿਆ। ਫਿਰ ਕੰਤ ਵੀ ਸੰਤ, ਆਪ ਵੀ ਸੰਤਾਂ ਦੇ ਸੰਤ, ਕਿੱਡੀ ਵੱਡੀ
ਉਹ ਸੰਤ ਮਾਤਾ ਪਰਮ ਪੂਜਾ ਸਤਿਕਾਰਯੋਗ ਬੀ ਜੀ ਦੀ ਸਰੀਰਕ ਅਵਸਥਾ ਤੋਂ ਇਸੇ ਇਹ ਦੇਖਣ ਨੂੰ ਇਹ ਨਿਸ਼ਾਨੀਆਂ ਮਿਲਦੀਆਂ। ਰੰਗ ਹੱਸਦੇ ਤੇ ਰੰਗ ਰੋਂਦੇ, ਹੱਸਦੇ ਤੇ ਰੰਗ ਰੋਂਦੇ, ਪਰਵਾਹ ਨਾ ਕਿਸੇ ਦੀ ਰੱਖਦੇ, ਸਾਧੂ ਸਾਧੂ ਨਾ ਕਿਸੇ ਦੀ ਰੱਖਦੇ, ਰੰਗ ਹੱਸਦੇ ਕਰ ਜਾਹੇ, ਪਰਵਾਹ ਨਾਹੀਂ ਕਿਸੇ ਕੇਰੀ, ਵਾਦ ਸੱਚੇ ਨਾਹੀਂ। ਬਹੁਤ ਪਿਆਰ ਉਹਨਾਂ ਨੇ ਵੰਡਿਆ, ਬਹੁਤ ਹੀ ਪਿਆਰ, ਇੰਨਾ ਕਿ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਬਖਸ਼ਿਸ਼ਾਂ ਹੀ ਬਖਸ਼ਿਸ਼ਾਂ ਕੀਤੀਆਂ, ਕਿੰਨਾ ਬਖਸ਼ਿਸ਼ਾਂ ਦੇ ਭੰਡਾਰੇ। ਮੈਂ ਗੱਲ ਕਰ ਰਿਹਾ ਸੀ ਉਸ ਮੈਨੇਜਰ ਦੀ, ਬੀ ਜੀ ਕੋਲ ਗਿਆ, ਨਮਸਕਾਰ ਕੀਤੀ। ਬੀ ਜੀ ਨੇ ਕਿੱਡੇ ਸਿਧਾਂਤ ਦੀ ਬਾਤ ਪ੍ਰਗਟ ਕੀਤੀ, ਤਾੜਨਾ ਭਰੇ ਬਚਨਾਂ ਦੇ ਵਿੱਚ, ਕਿ ਪਿਆਰਿਓ ਤੁਸੀਂ ਐਵੇਂ ਇਹ ਪਖੰਡ ਛੱਡੋ, ਕਰਮ ਕਾਂਡ ਛੱਡੋ, ਇੱਥੇ ਜਦੋਂ ਸਟੇਜ 'ਤੇ ਖੜ੍ਹੇ ਹੋ ਜਾਣਾ ਮਹਾਂਪੁਰਸ਼ਾਂ ਦੇ ਸਤਸੰਗ ਤੋਂ ਬਾਅਦ, 500 ਅੰਮ੍ਰਿਤ ਛਕਣ ਨੂੰ ਐਵੇਂ ਨਹੀਂ ਸੀ ਤਿਆਰ ਹੋ ਜਾਂਦੇ, ਕਿਉਂਕਿ ਸੂਰ ਵੀਰ ਬਚਨ ਕੇ ਬਲੀ ਫੋਕਾ ਫੈਰ ਨਹੀਂ ਸੀ ਭਰਿਆ ਹੋਇਆ। ਉਹ ਬਚਨ ਆਉਂਦਾ ਕਿ ਨਹੀਂ, ਨਾਮ ਜਪਣ ਵਾਸਤੇ, ਅੰਮ੍ਰਿਤ ਛਕਣ ਵਾਸਤੇ ਤਿਆਰ ਵਰ ਤਿਆਰ ਹੋ ਜਾਂਦੇ। ਮਾਈਆਂ ਮੜੀਆਂ ਮਸਾਣੀਆਂ ਨੂੰ ਪੂਜਣ ਵਾਲੀਆਂ, ਇੱਥੇ ਤਾਂ 2 ਇੱਟਾਂ ਰੱਖ ਲਈਆਂ, ਉਹਨਾਂ ਨੂੰ ਵੀ ਨਮਸਕਾਰ ਕਰੀ ਜਾਂਦੇ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਮਸੰਦਾਂ ਨੂੰ ਸਾੜਿਆ, ਡੇਰਾ ਦੂਨ ਦੂਨ ਜਦੋਂ ਡੇਰਾ ਲਾਇਆ ਰਾਮ ਰਾਏ ਨੇ, ਉੱਥੇ ਗਏ
ਤਾਂ ਉਹ ਮਾਤਾ ਰਾਜ ਕੌਰ ਬੇਨਤੀ ਕਰਨ ਲੱਗੀ ਕਿ ਹੁਣ ਤਾਂ ਇਹਨਾਂ ਦੇ ਪਰਿਵਾਰ ਹੋਰ ਸਾਰੇ ਮੇਰੇ ਪਿੱਛੇ ਪੈ ਜਾਣਗੇ, ਕਿੱਥੇ ਕਰਾਂ ਰਹਿਣ ਵਸੇਰਾ। ਕਹਿੰਦੇ ਤੂੰ ਉੱਥੇ ਮਨੀ ਮਾਜਰੇ ਚਲੀ ਜਾਓ, ਉੱਥੇ ਸਾਰਿਆਂ ਨੂੰ ਹੀ ਮੰਨਦੇ ਨੇ, ਤੁਹਾਨੂੰ ਵੀ ਮੱਥੇ ਟੇਕੀ ਜਾਣਗੇ। ਐਸਾ ਇਸ ਇਲਾਕੇ ਦਾ, ਇਹ ਤਾਂ ਜਦੋਂ ਬੀਜੀ ਨੇ ਕਹਿਣਾ, ਐਸਾ ਬਚਨ ਅਮੋਘ ਵਾਣ ਵਾਂਗੂ ਆਉਣਾ, ਬੜਾ ਗਾ ਕੇ ਉਹਨਾਂ ਨੇ ਕਹਿਣਾ, ਜਪੋ ਖਾਲਸਾ ਤੁਸੀਂ ਜਾਗ ਦੀ ਜੋਤ ਨੂੰ, ਖਾਲਸਾ ਤੁਸੀਂ ਦੀ ਜੋਤ ਨੂੰ, ਪ੍ਰਭ ਮੈਂ ਮੋਹੇ ਮਹਿ ਤਾਸ ਮੈਂ
ਰੰਚਕ ਨਾਹਿਨ ਭੇਵ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ। ਐਸੇ ਨਿਖਾਲਸ ਉਹ ਪਰਮਾਤਮਾ ਪਰਮ ਪੂਜਾ ਸਤਿਕਾਰਯੋਗ ਬੀਜੀ, ਕਿੱਡੀਆਂ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ। ਇੱਕ ਵਾਰੀ ਇੱਕ ਪ੍ਰੇਮੀ ਕੋਠੀ ਆ ਗਿਆ, ਆਮ ਸੰਤਾਂ ਦੇ ਕੋਲ ਤਾਂ ਜਾਣਾ ਬੜਾ ਮੁਸ਼ਕਲ, ਉਹ ਤਾਂ ਆਪਣੇ ਘਰ ਹੀ ਰਹਿੰਦੇ। ਬੀਜੀ ਹਰੇਕ ਦੇ ਉੱਤੇ ਦਿਆਵਾਨ, ਗਰੀਬ ਨਵਾਜ, ਗਰੀਬਾਂ ਦੇ ਉੱਤੇ ਜ਼ਿਆਦਾ ਦਿਆਵਾਨ ਹੁੰਦੇ, ਅਮੀਰਾਂ ਨੂੰ ਤਾਂ ਚਲੋ ਸਾਰੇ ਨਵਾਜਦੇ ਨੇ, ਪਰ ਆਪ ਜੀ ਗਰੀਬ ਨਵਾਜ। ਹੁਣ ਉਹ ਆਇਆ ਕੀ ਸੀ, ਕੋਈ ਵੀ ਭਾਵਨਾ ਲੈ ਕੇ ਆ ਗਿਆ ਜੀ? ਸੰਤ ਕਲਿਆਣ ਦਾਸ ਜੀ ਬਾਅਦ 'ਚ ਸਿੰਘ ਬਣ ਗਏ। ਉਹ ਆਏ, ਭਾਵਨਾ ਸੀ ਕਿ ਮੈਂ ਐਡੇ ਵੱਡੇ ਮਹਾਂਪੁਰਸ਼ਾਂ ਕੋਲ ਜਾਣਾ, ਮੈਨੂੰ ਸਤਿਕਾਰ ਮਿਲੇ। ਅਤੇ ਨਾਲ ਜੋ ਵੀ ਉਹਦੀ ਭਾਵਨਾ ਸੀ ਮਹਾਂਪੁਰਸ਼ਾਂ ਨੇ ਤਾਂ ਜੇ ਗੱਲ ਕੀਤੀ ਹੀ, ਬੀਜੀ ਨੇ ਉਹਦੀ ਸਾਰੀ ਭਾਵਨਾ ਪੂਰੀ ਕਰ ਦਿੱਤੀ। ਆਤਮ ਮਾਰਗ ਮੈਗਜ਼ੀਨ ਦੇ ਵਿੱਚ ਉਹਨਾਂ ਨੇ ਬੜੀ ਸੋਹਣੀ ਕਵਿਤਾ ਵੀ ਲਿਖੀ ਇਸ ਬਾਰੇ ਕਿ ਦੱਸਿਆ ਕਿ ਨਾਰਾਇਣ ਪੂਜਾ ਤਾਂ ਬਹੁਤ ਦੇਰ 'ਚ ਫਲ ਦਿੰਦੀ ਹੈ। ਇੱਕ ਪ੍ਰੇਮੀ ਲੱਗ ਗਿਆ ਕਿ 40 ਦਿਨ ਪੂਜਾ ਕਰਾਂ, ਪੈਸਾ ਟਕਾ ਮਿਲ ਜੂ, ਨਾ ਮਿਲਿਆ। ਕਿਸੇ ਨੇ ਦੱਸਿਆ ਕਿ ਤੂੰ ਤਾਂ ਲਕਸ਼ਮੀ ਦੀ ਪੂਜਾ ਕਰ, ਤੈਨੂੰ ਤਾਂ ਪੈਸੇ ਦੀ ਲੋੜ ਹੈ। ਉਹ ਜਦੋਂ ਪਹਿਲੇ ਦਿਨ ਕਰਨ ਲੱਗਿਆ ਪੂਜਾ, ਸੁਗੰਧੀ ਨਾਰਾਇਣ ਵਧੀ ਪ੍ਰੀਤਮਾ ਵੱਲ ਨੂੰ ਜਾ ਰਹੀ ਸੀ, ਉਹਦੀ ਨੱਕ 'ਚ ਰੂੰ ਦੇਣ ਲੱਗਿਆ, ਨੱਕ ਚੜਾਉਣ ਲੱਗ ਗਿਆ। ਕਹਿੰਦਾ ਵਾਹ, ਕਹਿੰਦਾ ਹੁਣ ਤੈਨੂੰ ਬੜੀ ਈਰਖਾ ਹੋਈ ਕਿ ਮੈਂ ਬੀਬੀ ਦੀ ਪੂਜਾ ਕਰਨ ਲੱਗਿਆ। ਉਹ ਕਹਿੰਦਾ ਨਹੀਂ ਪਿਆਰਿਆ, 40 ਦਿਨ ਤਾਂ ਮੈਨੂੰ ਪੱਥਰ ਦੀ ਉਹ ਪ੍ਰੀਤਮਾ ਸਮਝਿਆ, ਅੱਜ ਪਹਿਲੇ ਦਿਨ ਜਿਉਂਦਾ ਜਾਗਦਾ ਸਮਝਿਆ, ਪ੍ਰਗਟ ਹੋ ਗਿਆ। ਇਸ ਤਰ੍ਹਾਂ ਦੇ ਬਚਨ ਸੰਤ ਬਾਬਾ ਕਲਿਆਣ ਦਾਸ ਜੀ ਮਹਾਰਾਜ ਕਰਦੇ ਹੁੰਦੇ ਕਿ ਬੀਜੀ ਦੀ ਪੂਜਾ ਤਾਂ ਬਹੁਤ ਛੇਤੀ ਰੰਗ ਲੈ ਆਉਂਦੀ, ਕੋਈ ਸਵਾਲੀ ਦਰ 'ਤੇ ਆਉਂਦਾ ਖਾਲੀ ਨਾ ਜਾਂਦਾ, ਸ਼ਰਧਾ ਰੂਪ ਝੋਲੀ ਭਰ ਦਿੰਦੇ। ਅੱਜ ਵੀ ਉਹ ਕਿਤੇ ਨਹੀਂ ਗਏ। ਜੇ ਦੇਖੀਏ, ਕਿਉਂਕਿ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ, ਵਿਸ਼ਵਾਸ ਵਾਲਿਆਂ ਨੂੰ, ਭਰੋਸੇ ਵਾਲਿਆਂ ਨੂੰ ਅੱਜ ਵੀ ਪੂਰਾ ਵਿਸ਼ਵਾਸ ਹੈ। ਅਮਲੋਤਰਾ ਪਰਿਵਾਰ ਬੀਬੀ ਹੈ, ਮਹਾਂਪੁਰਸ਼ਾਂ ਦੇ ਕੋਲ ਉਹ ਆਉਂਦੇ, ਬੀਬੀ ਨੇ ਕਿਹਾ ਕਿ ਇਸ ਤਰ੍ਹਾਂ ਦਾ ਇਹਨਾਂ ਦਾ ਜੀਵਨ ਹੈ। ਮਹਾਰਾਜ ਕਹਿਣ ਲੱਗੇ ਕਿ ਪਰਮਿਟ ਅਤੇ ਪਰਮਿਸ਼ਨ ਤੋਂ ਬਗੈਰ ਤਾਂ ਕਿਤੇ ਨਹੀਂ ਜਾਣਾ, ਆਗਿਆ ਮੇਰੀ ਹੋ ਅਤੇ ਤੂੰ ਪਰਮਿਟ ਤੈਨੂੰ ਬੀਬੀ ਦਿਓ। ਬੜੀ ਉਹਨਾਂ ਨੇ ਬੰਨ ਲਿਆ ਮਰਿਆਦਾ 'ਚ, ਅਤੇ ਅੱਜ ਤੱਕ ਵੀ ਉੱਥੇ ਨਮਸਕਾਰ ਕਰਕੇ ਜਾਂਦਾ ਨਿਵਾਸ ਸਥਾਨ 'ਤੇ। ਵੱਡਿਆਂ ਵੱਡਿਆਂ ਨੂੰ ਸੇਧ ਸਿੱਧੀ ਬੀਜੀ ਦੇ ਬਚਨਾਂ ਤੋਂ ਮਿਲ ਜਾਂਦੀ। ਸ਼ਰਧਾ ਵੀ ਉਸ ਪਰਿਵਾਰ ਦੀ ਬਹੁਤ ਹੈ, ਬੀਜੀ ਨੂੰ ਪੂਰਾ ਜਿਵੇਂ ਕਿ ਹਿੰਦੂ ਮਤ 'ਚ ਮੰਨਦੇ ਨੇ, ਉਹ ਹਿੰਦੂ ਮਤ ਦਾ ਪਰਿਵਾਰ ਹੈ, ਕਿਉਂਕਿ ਸਾਧੂ ਤਾਂ ਸਾਰਿਆਂ ਦੇ ਸਾਂਝੇ ਹੁੰਦੇ ਨੇ। ਦੇਖਿਆ ਕਿ ਉਹਨਾਂ ਅੰਦਰ ਜਿੰਨੀ ਸ਼ਰਧਾ ਹੈ, ਭਾਵਨਾ ਹੈ, ਸਾਡੇ ਅੰਦਰ ਨਹੀਂ। ਅੱਜ ਭਾਵੇਂ ਕੋਠੀ 781 ਨਿਵਾਸ ਜਿੱਥੇ ਮਹਾਂਪੁਰਸ਼ ਰੱਖਦੇ, ਉੱਥੇ ਵੀ ਉਹ ਨਮਸਕਾਰ ਕਰਕੇ ਜਾਂਦੇ ਨੇ। ਭਾਵਨਾ ਹੁੰਦੀ ਹੈ, ਭਾਵਨਾ ਨੂੰ ਫਲ ਲੱਗਦਾ ਹੈ। ਸੋ ਸਤ ਸੰਗਤ ਜੀ, ਸਾਡੇ 'ਤੇ ਵੀ ਰਹਿਮਤ ਹੋਵੇ। ਇਹ ਮਾਘ ਮਹੀਨੇ ਦੇ ਵਿੱਚ ਉਹਨਾਂ ਦੀ ਇਜਾਦ ਮਨਾਈ,
ਮਾਘ ਪਨੀਤ ਭੇ ਅੰਤਰ ਤੀਰਥ ਜਾਣਿਆ। ਅਸੀਂ ਵੀ ਉਹ ਅੰਦਰਲੇ ਤੀਰਥ 'ਚ ਇਸ਼ਨਾਨ ਕਰਨ ਦੀ ਜਾਚ ਸਾਨੂੰ ਵੀ ਆ ਜਾਵੇ। ਬਾਹਰਲੇ ਤੀਰਥਾਂ 'ਤੇ ਤਾਂ ਜਾਂਦੇ ਹਾਂ, ਠੀਕ ਹੈ, ਤੀਰਥ ਕੀ ਏ ਇੱਕ ਫਲ, ਉੱਥੇ ਇੱਕ ਫਲ ਉਹ ਵੀ ਜੇ ਵਿਧੀ ਪੂਰਵਕ ਹੋ ਜਾਵੇ। ਸੰਤ ਮਿਲੇ ਫਲ ਚਾਰ, ਸਾਧੂਆਂ ਦੇ ਕੋਲੋਂ ਤਾਂ ਚਾਰ ਹੀ ਫਲ ਮਿਲ ਜਾਂਦੇ ਨੇ, ਧਰਮ ਅਰਥ ਕਾਮ ਮੋਕਸ਼ ਚਾਰ ਪਦਾਰਥ ਜੇ ਕੋ ਮੰਗੇ, ਸਾਜਨਾ ਕੀ ਸੇਵਾ ਲਾਗੇ। ਹੁਣ ਇੱਥੇ ਤੁਸੀਂ ਸੇਵਾ ਹੀ ਕਰਦੇ ਹੋ, ਤੁਹਾਡੇ 'ਤੇ ਕਿੱਡੀ ਕਿਰਪਾ ਹੋਈ ਹੈ, ਤੁਹਾਡੇ ਬੱਚੇ ਬਾਹਰ ਸੈਟਲ ਹੋ ਗਏ, ਕਨੇਡਾ ਵਰਗੇ ਦੇਸ਼ਾਂ 'ਚ, ਆਸਟ੍ਰੇਲੀਆ 'ਚ, ਕਿੱਥੇ ਕਿੱਥੇ ਪਹੁੰਚ ਗਏ। ਫਿਰ ਆਰਥਿਕ ਤੌਰ 'ਤੇ ਦੇਖ ਲਓ, ਧਰਮ ਨਾਲ ਰਿਸ਼ਤਾ ਜੁੜਿਆ, ਅਰਥ ਵੀ ਕਿੱਡਾ, ਇੱਥੇ ਕਰੋੜਾਂ ਰੁਪਇਆ ਦੇ ਮਾਲਕ ਤੁਸੀਂ, ਅੱਜ ਕਰੋੜਪਤੀ ਹੋ, ਕੋਈ ਘਾਟ ਨਹੀਂ ਰਹੀ। ਫਿਰ ਅੱਗੇ ਧਰਮ ਅਰਥ ਕਾਮ ਸ਼ੁਭ ਕਾਮਨਾਵਾਂ ਦੀ ਪੂਰਤੀ ਹੋ ਜਾਂਦੀ ਹੈ। ਸੋ ਵੀ ਐਸੇ ਮਹਾਨ ਪੁਰਸ਼ਾਂ ਦੀ ਯਾਦ 'ਚ ਬੈਠਦਾ ਤਾਂ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਆਪੇ ਨਾਮ ਚੱਲਣਾ ਸ਼ੁਰੂ ਹੋ ਜਾਂਦਾ ਹੈ। ਸ਼ੁਭ ਕਾਮਨਾਵਾਂ ਦੀ ਪੂਰਤੀ ਹੋ ਕੇ ਅੰਤ ਮੋਕਸ਼ ਮੁਕਤ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਜਿੱਥੇ ਜਾ ਕੇ ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਾਂ, ਸਮਾਂ ਇਜਾਜ਼ਤ ਨਹੀਂ ਦਿੰਦਾ। ਬਾਬਾ ਭਗਵਾਨ ਸਿੰਘ ਜੀ ਨੇ ਬਹੁਤ ਸੇਵਾ ਕੀਤੀ, ਰਾੜਾ ਸਾਹਿਬ ਮਹਾਰਾਜ ਵੱਡੇ ਮਹਾਰਾਜ ਜੀ ਇਸ਼ਾਰਾ ਕਰਨ ਲੱਗੇ ਕਿ ਆ ਗੱਦੀ ਖਾਲੀ ਹੋ ਗਈ, ਲੱਕੜ ਦੇ ਉਹ ਕਾਰੀਗਰ ਸਨ, ਉੱਥੋਂ ਮਿਸਤਰੀ ਚੜ੍ਹਾਈ ਕਰ ਗਿਆ ਜਿਹੜਾ ਉੱਥੇ ਕੰਮ ਕਰਦਾ ਸੀ, ਕਹਿੰਦੇ ਆਹ ਸਾਮ ਨਹੀਂ ਸੰਭਾਲਿਆ ਗਿਆ ਬਚਨ। ਫਿਰ ਇੱਥੇ ਮਹਾਂਪੁਰਸ਼ਾਂ ਕੋਲ ਆ ਗਿਆ, ਬੀ ਜੀ ਉਹਨੂੰ ਬਹੁਤ ਪਿਆਰ ਕਰਦੇ, ਬੜਾ ਸਪਸ਼ਟ ਬਚਨ ਹੋਇਆ ਗੁਰਦੁਆਰਾ ਸਾਹਿਬ ਦੇ ਸਾਹਮਣੇ। ਆ ਬਾਬਾ ਜਸਵਿੰਦਰ ਸਿੰਘ ਜੀ ਡਰਾਈਵ ਕਰਦੇ ਕਾਰ, ਹੋਰ ਵੀ ਸੇਵਾ ਕਰਦੇ, ਨਮਸਕਾਰ ਕਰਨ ਲੱਗਿਆ, ਬੀ ਜੀ ਦੇ ਬੜੇ ਸਪਸ਼ਟ ਬਚਨ ਕਰੇ, ਜਿਹੜੇ ਖੁੱਲ੍ਹੇ ਬਚਨ ਇੱਥੇ ਨਹੀਂ ਕੀਤੇ ਜਾ ਸਕਦੇ, ਕਿੰਨੀਆਂ ਹੀ ਤਰਕਾਂ ਹੋ ਸਕਦੀਆਂ ਨੇ, ਕਿਉਂਕਿ ਐਸੇ ਬਚਨ ਸਿੱਧੇ ਹੀ ਸਪਸ਼ਟ, ਜਿਵੇਂ ਕਹਿੰਦੇ ਮੁਰਗੀ ਦੇ ਖੰਭਾਂ ਥੱਲੇ ਰਹੋ, ਕਹਿੰਦੇ ਕੋਈ ਇਲ ਗਿਰਜ ਨਹੀਂ ਉਹਨੂੰ ਖਾ ਸਕਦੀ ਪੈ ਸਕਦੀ, ਇਸ ਤਰ੍ਹਾਂ ਦੇ ਬਚਨ, ਇਹ ਸਿੱਧੇ ਹੀ ਸਪਸ਼ਟ ਹੀ ਬਚਨ ਉਹ ਦੇਖਿਆ ਵੀ। ਕਹਿੰਦੇ ਜੇ ਨਾ ਮੰਨੇ ਬਚਨ ਐਂ ਹੱਥ ਮਾਰ ਕੇ ਕਹਿਣ, ਕਹਿੰਦੇ ਇਸ ਤਰ੍ਹਾਂ ਮਾਰ ਪਊ ਐਸੀ, ਕਿਉਂਕਿ ਬੜਾ ਔਖਾ ਹੈ ਉਹ ਸਮਾਂ ਸਾਰਿਆਂ 'ਤੇ ਹੀ ਆਉਂਦਾ। ਇਹ ਤਾਂ ਧੰਨ ਨੇ ਐਸਿਆਂ ਦੇ ਧਿਆਨ 'ਚ ਆ ਕੇ, ਉਹ ਐਸੀ ਕਿਰਪਾ, ਕਬੀਰ ਜਮ ਕਾ ਠੈਂਗਾ ਬੁਰਾ ਹੈ ਉਹ ਨਹੀਂ ਸਿਖਿਆ ਜਾਏ, ਏਕ ਜੋ ਸਾਧੂ ਮੋਹਿ ਮਿਲਿਓ ਤਿੰਨ ਲੀਆ ਅੰਚਲ ਲਾਏ। ਐਸੇ ਪੁਰਸ਼ਾਂ ਨੂੰ ਤਾਂ ਨਮਸਕਾਰ ਕਰਨੀ ਹੀ ਬਣਦੀ ਹੈ। ਕਰ ਡੰਡੌਤ ਪੁੰਨ ਵੱਡਾ ਹੇ ਅੰਤਰ ਜਾਮੀ, ਸੋ ਸਤਿਗੁਰ ਪੂਰਾ ਦਾਨ ਦੇਹੇ ਸਾਧੂ ਕੀ ਧੂਰਾ। ਐਸਿਆਂ ਨੂੰ ਕੀਤੀ ਨਮਸਕਾਰ ਦਾ ਵੀ ਕਿੱਡਾ ਵੱਡਾ ਪੁੰਨ ਹੋ ਜਾਂਦਾ। ਧੁੱਧ ਸਲਾਹਣ ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ, ਜੇ ਕੋ ਜੀਓ ਕਹਿ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਐਸਾ ਮਹਾਂਪੁਰਸ਼ ਉਹਨਾਂ ਦਾ ਜੀਵਨ ਸਾਥੀ, ਪਰਮ ਪੂਜੇ ਸਤਿਕਾਰਯੋਗ ਬੀ ਜੀ ਦਾ ਜੀਵਨ। ਉਹ ਤੂੜੀ
ਵਿਚਾਰ ਜਿਹੜੇ ਬਾਕੀ ਦੇ ਦੋ ਸਤਸੰਗ ਰਹਿ ਜਾਣੇ ਹਨ ਅੱਜ ਅਰਦਾਸ ਸਤਿਗੁਰਾਂ ਜੀ ਦੇ ਹੁਕਮਨਾਮੇ ਤੋਂ ਉਪਰੰਤ ਉਹਨਾਂ ਦੇ ਵਿੱਚ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਆਓ ਜਿਹੜੇ ਨਹੀਂ ਵੀ ਬੋਲ ਸਕੇ ਹੁਣ ਜ਼ਰੂਰ ਆਪਣੀ ਰਸਨਾ ਪਵਿੱਤਰ ਕਰਨ ਦੀ ਖੇਚਲ ਕਰੋ ਜੀ, ਕਿਉਂਕਿ ਇਹੀ ਫਲ ਹੈ, ਕਈ ਕੋਟਕ ਜਗ ਫਲ ਸੁਣ ਗਾਵਣ ਹਾਰੇ ਰਾਮ। ਰਾਮ ਕਲੀ ਮਹੱਲਾ ਤੀਜਾ ਆਨੰਦ ਆਨੰਦ ਪਿਆ ਮੇਰੀ ਮਾਏ ਗੁਰੂ ਮੈਂ ਪਾਇਆ ਸਤਿਗੁਰ ਦਾ
ਆਇਆ ਖਿਲ ਚੱਕ ਤੇ ਆਇਆ
ਸਾਹਿਬ ਜੀ ਤਨ ਵਾਹਿਗੁਰੂ ਗੁਰੂ 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 ਵਾਹਿਗੁਰੂ
ਸ੍ਰੀ ਹਰ
ਕ੍ਰਿਸ਼ਨ ਦੀ ਧਿਆਈ ਹੈ, ਜਿਸ ਜਿੱਥੇ ਸਾਧਕ ਜਾਏ ਤੇਗ ਬਹਾਦਰ ਸਿਮਰੇ ਕਰਨ ਤਾਹੇ ਖਾਲਸਾ ਜੀ ਸਾਹਿਬ ਬੋਲਣਾ ਜੀ ਸਤਿਗੁਰਾਂ ਦੇ ਪੰਜਾਂ ਪਿਆਰਿਆਂ ਚੌਂ ਸਹਿਜਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਸੀ ਦੇ ਕੇ ਨਿਰਿਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਪਾਵਨ ਕਮਾਈਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਜਿਨ੍ਹਾਂ ਸ਼ਹੀਦ ਸਿੰਘਾਂ ਸੋਹਣੀਆਂ ਧਰਮੇ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਦੇ ਚੜੇ ਤਨਾਰਿਆਂ ਨਾਲ ਚਰਾਏ ਗਏ ਸਿੱਖੀ ਕੇਸਾਂ ਸਾਧ ਸਤਸੰਗ ਨਿਵਾਸ ਧਰਮ ਨਹੀਂ ਹਾਰਿਆ ਆਪ ਜੀ ਦੇ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮਿਲੇ ਆ ਤਿੰਨਾਂ ਸ਼ਹੀਦ ਸਿੰਘਾਂ ਸੋਹਣੀਆਂ ਪਿਆਰੀਆਂ ਨੇ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਸਰੋਵਰਾਂ ਸੰਤਾਂ ਮਹਾਂਪੁਰਸ਼ਾਂ ਦੀਆਂ ਪਾਵਨ ਕਮਾਈਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿੱਤਾ ਵੈ ਚਿੱਤਾ ਵਨਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਖ ਦੇਖ ਫਤਿਹ ਬਿਰਬਲੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਵਾ ਦੇ ਬੋਲਣਾ ਜੀ ਗੁਰੂ ਕਿਰਪਾ ਜੀ ਉਹ ਬਖਸ਼ਣਾ ਦੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਖ ਦਾਨ ਭਰੋਸਾ ਦਾਨ ਦਾਨਾ ਸਿਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਕਰੋ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਾਰਾ ਧਰ ਹਰਗਾ ਜੈ ਜੈਕਾਰ ਖਾਲਸਾ ਜੀ ਸਾਹਿਬ ਬੋਲਣਾ ਜੀ ਪਾਤਸ਼ਾਹ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਨ ਸੁਖੀ ਮਨ ਪਤ ਕੇ ਰੱਖੇ ਆਪ ਅਕਾਲ ਪੁਰਖ ਜ਼ਰੂਰ ਹੇ ਦਾਤਾ ਪਿਤਾ ਦੀ ਉਹ ਆਦਿ ਨਨਕਾਣਾ ਸਾਹਿਬ ਤੋਂ ਲੈ ਕਰਕੇ ਸਤਿਖੰਡ ਸ੍ਰੀ ਹਜ਼ੂਰ ਸਾਹਿਬ ਤੱਕ ਪ੍ਰਿਆਂਤ ਗੁਰਦੁਆਰਿਆਂ ਗੁਰਧਾਮਾਂ ਸਰੋਵਰਾਂ ਦੇ ਖੁੱਲੇ ਦਾ ਚੰਦੀ ਦਾ ਸੇਵਾ ਸੰਭਾਲ ਦਾ ਦਾਨ ਆਪ ਦੇ ਖਾਲਸਾ ਜੀ ਨੂੰ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓੜ ਧੰਨ ਗੁਰਦੇਵ ਦੀ ਰੁਕਤਾ ਧੰਨ ਧੰਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾ ਪਾਤਸ਼ਾਹ ਦੀ ਓੜ ਆਪ ਜੀਆਂ ਦੇ ਪਾਵਨ ਦਾਨਾ ਕੰਨਾ ਪਾਰ ਸਰਬੱਤ ਸੰਗਤਾਂ ਵੱਲੋਂ ਮਿਲ ਕਰਕੇ ਅਰਦਾਸ ਬੇਨਤੀ ਜੋਦਰੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੀ ਰਹਿਣ ਦਵਾਤੀ ਹੈ ਸਤਿਪੁਰਸ਼ਾਂ ਦੇ ਆਸ਼ੀਰਵਾਦ ਸਤਿਕਾਰ ਸਮੂਹ ਨਗਰ ਨਿਵਾਸੀ ਸਰਬੱਤ ਸੰਗਤਾਂ ਨਗਰ ਬੈਰਪੁਰ ਦੀਆਂ ਸੰਗਤਾਂ ਵੱਲੋਂ ਮਿਲ ਕਰਕੇ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਮਿਲ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਦੀਆਂ ਦੇ ਧਰਮ ਘਰ ਵਰਸਾਏ ਗਏ ਮਹਾਨ ਪਵਿੱਤਰ ਆਤਮਾਵਾਂ ਧੰਨ ਧੰਨ ਸੰਤਵਾਂ ਰਾਜ ਜੀ ਪਰਮਕਾਰ ਯੋਗ ਵੀ ਜੀ ਹੁਣਾਂ ਦੀ ਪਾਵਨ ਮਿੱਠੀ ਯਾਦ ਨੂੰ ਮਨਾਉਣਾ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਆਪਦੀਆਂ ਦੀ ਬਖਸ਼ਿਸ਼ ਹੋਈ ਸਮੂਹ ਨਗਰ ਨੂੰ
ਪੰਜ ਰੋਜ਼ਾ ਸਤਸੰਗ ਸਮਾਗਮ ਦੀ ਬਖਸ਼ਿਸ਼ ਹੋਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਔਰ ਤੀਸਰੇ ਦੀਵਾਨਾਂ ਦੀ ਪ੍ਰਾਰੰਭਤਾ ਆਪ ਜੀ ਨੇ ਸੋਹਣਿਆਂ ਉੱਚਿਆਂ ਆਸਣਾਂ ਤੇ ਵਿਰਾਜਮਾਨ ਹੋ ਕੇ ਕਰਨਾ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਮਹਾਨ ਪਵਿੱਤਰ ਆਤਮਾ ਸੰਤ ਮਹਾਰਾਜ ਪਰਮਕਾਰ ਜੋ ਵੀ ਜੀ ਉਹਨਾਂ ਦੇ ਕੀਤੇ ਹੋਏ ਪਰਮਕਾਰ ਜੀਵਨ ਕਾਲ ਦੇ ਅੰਦਰ ਜੁਗਤੀਆਂ ਉਕਤੀਆਂ ਧਾਰਮਿਕਾਂ ਦੀ ਬਲ ਬੁੱਧ ਸਮਰਥ ਵਾਸ਼ਿਕਾ ਦੀ ਸਰਬੱਤ ਸੰਗਤਾਂ ਦਾ ਚੱਲਿਆ ਹੋਇਆ ਕਦਮ ਕਦਮ ਲੈ ਕੇ ਲਾਉਣਾ ਦਿਲ ਦਿਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਆਪਣੇ ਦਰੋਂ ਘਰੋਂ ਨਾਮਕਾਰਾਂ ਸਾਧਕਾਂ ਸੰਗ ਭਜਨ ਬਾਣੀ ਦਾ ਪਰਤਾ ਵਾਸ਼ਿਸ਼ ਕਰਨਾ ਬਾਣੀ ਬਾਣੀ ਦੇ ਧਾਰਨੀ ਬਣਾਉਣਾ ਸੋਹਣੇ ਦੇ ਜੀਵਨ ਵਾਸ਼ਣੇ ਪ੍ਰੇਮਾ ਭਗਤੀ ਦੀ ਦਾਤ ਵਾਸ਼ਿਸ਼ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਰਹਿੰਦੇ ਦਿਮਾਗਾਂ ਦੀ ਨਿਰਵਿਘਨਤਾ ਇੱਛਾ ਸੰਪੂਰਨਤਾ ਵਾਸ਼ਿਸ਼ ਕਰਨੀ ਸਰਵਾਸੰਗਤਾਂ ਨੂੰ ਸੇਵਾਵਾਂ ਕਰਦੇ ਬਾਅਦ ਉਦਮ ਵਾਸ਼ਿਸ਼ ਕਰਨਾ ਇਸੇ ਤਰ੍ਹਾਂ ਹੀ ਨਿਯਤ ਕੀਤੇ ਹੋਏ ਸਮੇਂ ਅਨੁਸਾਰ ਆਪਦੀਆਂ ਨੇ ਸਰਵਰ ਸੰਗਤਾਂ ਨੂੰ ਆਪਣੇ ਪਾਵਨ ਚਾਦਰਾਂ ਦੇ ਅੰਦਰ ਵਰਾਉਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਗਰ ਕਿਹੜੇ ਸੁੱਖ ਵਰਤਾਉਣੀ ਪ੍ਰਕਾਰ ਭੋਜਨ ਮਾਕੀਏ ਜੋ ਜੀ ਜਗਣਾ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ 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 ਸਾਧ ਸਾਧ ਜਪਣ ਰਹਿਮਤਾਂ ਕਰਦੀਆਂ ਇਸੇ ਤਰ੍ਹਾਂ ਹੀ ਸਤਪੁਰਸ਼ਾਂ ਦੇ ਸੀ ਤੇ ਮੇਰ ਭਰੇ ਹੱਥ ਰੱਖ ਕੇ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣਾ ਦਾਲੀਆਂ ਸੰਗਤਾਂ ਨੂੰ ਪਾਵਨ ਹੁਕਮ ਨਾਲ ਹੀ ਬਖਸ਼ ਕਰੋ ਬਖਸ਼ੇ ਹੁਕਮਾਂ ਦੇ ਭਾਵ ਸਭਨਾਂ ਦੇ ਜਾਂ ਅੰਦਰ ਵਸਾਉਣੇ ਸਿੱਖੋ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਤਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੁਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਜਿਸ ਪ੍ਰਸਾਦ ਸਭ ਜਗਤ ਕਰਾਇਆ ਜਨ ਆਨਕਾਇ ਸੁਆਓ ਜਨ ਕੈ ਸੰਗ ਚਿਤ ਆਵਨਾ ਕਰੇ ਸੰਸਾਰ
ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਤੀਜਾ। ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ ਹਮ ਵੀ। ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ ਹਮ ਦੀਨ। ਤੁਮ ਜੁਗ ਜੁਗ ਦਾਤੇ ਸਭ ਦੇ ਦੇਹ ਬੁਝਾਈ। ਹਰ ਜੀਉ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾ, ਹਰ ਨਾਮ ਦੇ ਹੋ ਆਧਾਰੇ। ਰਹਾ ਮਨ ਸਾਮਾ ਦੁਬਦਾ ਸਹਿਜ ਸਮਾਣੀ, ਪਾਇਆ ਮਨ ਨਿਰਮਲ ਹੋਆ, ਕਿਲਵਿਤ ਤਾਰਨ ਹਾਰਾ। ਸਬਦ ਮਰੋ ਫਿਰ ਜੀਵੋ ਸਦੀ, ਤਾਂ ਫਿਰ ਮਰਨ ਨ ਹੋਈ। ਅੰਮ੍ਰਿਤ ਨਾਮ ਸਦਾ ਮਨ ਮੀਠਾ, ਸਬਦੇ ਪਾਵੇ ਕੋਈ। ਦਾਤ ਰੱਖੀ ਹੱਥ ਆਪਣੇ, ਜਿਸ ਪਾਵੇ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾ ਪੈਸੇ। ਦਾਤ ਰੱਖੀ ਹੱਥ ਆਪਣੇ, ਜਿਸ ਪਾਵੇ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾ ਪੈਸੇ। ਵਾਹਿਗੁਰੂ ਜੀ ਕਾ ਖਾਲਸਾ। ਉਸ ਦੇ ਨਿਮਿਤ ਅੱਜ ਸ੍ਰੀ ਅਖੰਡ ਪਾਠ ਸਾਹਿਬ ਇੱਥੇ ਸ਼ੁਰੂ ਹੋ ਚੁੱਕੇ ਹਨ। ਸੋ ਮਹਾਂਪੁਰਖ ਤਿੰਨ ਦਿਨ ਤੋਂ ਲਗਾਤਾਰ ਇੱਥੇ ਹਾਜ਼ਰੀ ਭਰ ਰਹੇ ਹਨ, ਜਿੱਥੇ ਰਤਵਾੜਾ ਸਾਹਿਬ ਦੇ ਸਾਰੇ ਹੀ ਜਥੇ ਇੱਥੇ ਪਹੁੰਚ ਰਹੇ ਹਨ। ਸੋ ਉੱਥੇ ਆਪ ਸੰਗਤਾਂ ਦੂਰੋਂ ਨੇੜਿਓਂ ਚੰਡੀਗੜ੍ਹ ਤੋਂ ਇੱਧਰ ਸਾਰੇ ਪਾਸਿਓਂ ਇਲਾਕੇ ਦੀਆਂ ਸੰਗਤਾਂ ਪਹੁੰਚ ਕੇ ਉਹ ਮਹਾਂਪੁਰਖਾਂ ਦੀ ਯਾਦ, ਜੋ ਸਦੀਵੀ ਯਾਦ ਹੈ,
ਜਿਵੇਂ ਜਿਵੇਂ ਸਮਾਂ ਲੰਘਦਾ ਜਾ ਰਿਹਾ ਹੈ ਉਹ ਯਾਦ ਘਟਦੀ ਨਹੀਂ, ਉਹ ਗਹਿਰੀ ਹੀ ਹੁੰਦੀ ਚਲੀ ਜਾਂਦੀ ਹੈ। ਕਿਉਂਕਿ ਜੋ ਮਹਾਂਪੁਰਖਾਂ ਦੇ ਪਰਉਪਕਾਰ ਹਨ ਉਹਨਾਂ ਦਾ ਉਦੋਂ ਤੋਂ ਪਤਾ ਚੱਲਦਾ ਨਹੀਂ। ਜਿਵੇਂ ਜਿਵੇਂ ਸਮਾਂ ਲੰਘਦਾ ਹੈ ਉਹਨਾਂ ਦਾ ਜੋ ਲਿਟਰੇਚਰ ਹੈ ਉਸ ਰਾਹੀਂ ਸਾਨੂੰ ਗਿਆਨ ਹੁੰਦਾ ਹੈ ਕਿ ਇਹ ਕਿੱਥੋਂ ਬਚਨ ਆ ਰਹੇ ਹਨ, ਕਿੰਨੇ ਜੋ ਅਨੁਭਵ ਦੇ ਉੱਚੇ ਬਚਨ ਜੋ ਆਪ ਜੀ ਨੇ ਮਹਾਂਪੁਰਖ ਰਤਵਾੜਾ ਸਾਹਿਬ ਵਾਲਿਆਂ ਨੇ ਆਪਣੀ ਜੋ ਨਿੱਜੀ ਜੋ ਜ਼ਿੰਦਗੀ ਸੀ ਉਸ ਦੇ ਅੰਦਰ ਕਮਾ ਕੇ ਇਹ ਸੰਸਾਰ ਨੂੰ ਜਲਦੇ ਵਲਦੇ ਸੰਸਾਰ ਨੂੰ ਜਿੱਥੇ ਅੱਜ ਖਿਆਲਾਂ ਦਾ ਰੌਲਾ ਹੈ ਉੱਥੇ ਮੀਡੀਏ ਨੇ ਸੋਸ਼ਲ ਮੀਡੀਆ ਨੇ ਹਰ ਇੱਕ ਦੇ ਅੰਦਰ ਘਰ ਘਰ ਚੁੱਕਿਆ ਹੋਇਆ ਹੈ। ਸੋਚਣ ਦਾ ਕਿਸੇ ਕੋਲ ਵੀ ਸਮਾਂ ਨਹੀਂ ਹੈ, ਭਾਵੇਂ ਉਹ ਕਿਤੇ ਵੀ ਬੈਠਿਆ ਹੋਵੇ ਘਰ ਬੈਠਿਆ ਹੋਵੇ। ਅੱਜ ਸੋਸ਼ਲ ਮੀਡੀਆ ਬਹੁਤ ਹੀ ਬੁਰੀ ਤਰ੍ਹਾਂ ਸਾਡੇ ਮਨਾਂ ਦੇ ਉੱਤੇ ਪ੍ਰਭਾਵ ਪਾ ਰਿਹਾ ਹੈ, ਛੋਟੇ ਬੱਚਿਆਂ ਦੇ ਉੱਤੇ ਪ੍ਰਭਾਵ ਪਾ ਰਿਹਾ ਹੈ, ਸਾਨੂੰ ਰਾਮ ਬਾਣੀ ਤੋਂ ਦੂਰ ਲੈ ਕੇ ਜਾ ਰਿਹਾ ਹੈ। ਮਹਾਂਪੁਰਖਾਂ ਨੇ ਪਹਿਲਾਂ ਹੀ ਇਹ ਸੋਚ ਲਿਆ ਸੀ ਆਪਣੀ ਦੇਖ ਰੇਖ ਦੇ, ਜੋ ਉਸ ਸਮੇਂ ਕੋਈ ਵੀ ਸਾਧੂ ਨਹੀਂ ਸੋਚ ਸਕਦਾ ਸੀ। 1986 ਦੇ ਵਿੱਚ ਆਪਣਾ ਕੈਮਰਾ ਖਰੀਦ ਕੇ ਆਪਣੀਆਂ ਜੋ ਸਾਰੀਆਂ ਉਸ ਸਮੇਂ ਦੀਆਂ ਜ਼ਰੂਰਤਾਂ ਸਨ ਉਹਨਾਂ ਨੂੰ ਡਿਜੀਟਲ ਜ਼ਰੂਰਤਾਂ ਉਹ ਪੂਰੀਆਂ ਕੀਤੀਆਂ ਅਤੇ ਆਪਣੇ ਜੋ ਬਹੁਤ ਹੀ ਪਵਿੱਤਰ ਬਚਨ ਹਨ ਉਹ ਆਪ ਜੀ ਨੇ ਰਿਕਾਰਡ ਕਰਵਾਏ। ਅੱਜ 1200 ਦੇ ਕਰੀਬ ਵੀਡੀਓ ਫਿਲਮਾਂ ਅਤੇ ਆਡੀਓ ਉਸ ਦੇ ਨਾਲ ਫਿਰ ਆਪ ਜੀ ਨੇ ਆਪਣੀ ਦੇਖ ਰੇਖ ਹੇਠ ਆਤਮ ਮਾਰਗ ਮੈਗਜ਼ੀਨ ਦੀ ਸ਼ੁਰੂਆਤ ਕੀਤੀ, ਜੋ ਸਾਡੇ ਜੀਵਨ ਦਾ ਸਾਡੀ ਜੋ ਇਹ ਸੰਗਤ ਹੈ ਰਤਵਾੜਾ ਸਾਹਿਬ ਦੀ ਸੰਗਤ ਉਸ ਦਾ ਇੱਕ ਬਹੁਤ ਹੀ ਜ਼ਰੂਰੀ ਅੰਗ ਬਣ ਚੁੱਕਿਆ ਹੈ ਅਤੇ ਸਾਡੇ ਸੁਭਾਅ ਦੇ ਵਿੱਚ ਉਹ ਘਰ ਕਰ ਚੁੱਕਿਆ ਹੈ ਕਿ ਆਤਮ ਮਾਰਗ ਇੱਕ ਮਹਾਂਪੁਰਖਾਂ ਦੀ ਬਹੁਤ ਹੀ ਪਿਆਰੀ ਪੱਤਰਿਕਾ ਹੈ ਜਿਸ ਦੇ ਰਾਹੀਂ ਆਪਾਂ ਸਾਰੇ ਹੀ ਉਹ ਜੋ ਗੁੱਝੇ ਭੇਤ ਹਨ, ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੇਤ, ਇਹ ਜੋ ਅਨਹੱਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਪੂੰਜੀ ਉਹ ਮਹਾਂਪੁਰਖ ਆਪਣੀ ਜੋ ਪੂੰਜੀ ਲਾ ਕੇ ਨਾਮ ਦੀ ਸਾਨੂੰ ਇਸ ਸੰਸਾਰ ਦੇ ਅੰਦਰ ਬਖਸ਼ਿਸ਼ ਕਰਕੇ ਗਏ ਹਨ। ਸੋ ਉਸ ਰਾਹੀਂ ਭਾਵੇਂ ਕਿਸੇ ਵੀ ਇਲਾਕੇ ਦੇ ਅੰਦਰ ਆ ਜੋ ਆਪ ਜੀ ਦਾ ਇਲਾਕਾ ਹੈ ਭਾਈ ਜਸਵੀਰ ਸਿੰਘ ਜੀ ਬੈਠੇ ਹਨ, ਉਹ ਲਗਾਤਾਰ ਹੀ ਇੱਥੇ ਆਤਮ ਮਾਰਗ ਮੰਨਣ ਦੀ ਉਹਨਾਂ ਦੇ ਨਾਲ ਆਤਮ ਮਾਰਗ ਦੇ ਜੋ ਕਿੰਨੇ ਹੀ ਇੱਥੇ ਛੋਟੇ ਛੋਟੇ ਬੱਚੇ ਹਨ ਉਸ ਦੀ ਸੇਵਾ ਕਰਕੇ ਫੌਰਮ ਦੇ ਵਿੱਚ ਮਹਾਂਪੁਰਖ ਦੱਸ ਰਹੇ ਸਨ ਕਿ ਇੱਥੋਂ ਦੇ ਕਿੰਨੇ ਹੀ ਬੱਚੇ ਕੈਨੇਡਾ ਦੇ ਵਿੱਚ ਸੈਟਲ ਹੋ ਚੁੱਕੇ ਹਨ। ਇਹ ਸੇਵਾ ਹੀ ਹੈ, ਉਹਨਾਂ ਦੀ ਯਾਦ ਹੈ। ਸੋ ਬਹੁਤ ਹੀ ਜੋ ਇੱਥੇ ਪਿਆਰੇ ਨੌਜਵਾਨ ਹਨ ਭਾਈ ਭਾਈ ਭੂਰ ਸਿੰਘ ਔਰ ਭਾਈ ਧਰਮਿੰਦਰ ਸਿੰਘ, ਕਿੰਨੇ ਹੀ ਇੱਥੇ ਜੋ ਲਗਾਤਾਰ ਲੰਗਰਾਂ ਦੇ ਵਿੱਚ ਸੇਵਾ ਨਿਭਾ ਰਹੇ ਹਨ, ਲਗਾਤਾਰ ਪਿਛਲੇ 3 ਦਿਨ ਤੋਂ ਬਹੁਤ ਸੋਹਣੀ ਸੇਵਾ ਹੈ ਜੋ ਇਹ ਪਿੰਡ ਦੇ ਨੌਜਵਾਨ ਆਪੇ ਹੀ ਆਪਣੀ ਜ਼ਿੰਮੇਵਾਰੀ ਸਾਂਭਦੇ ਹੋਏ ਸਮਝਦੇ ਹੋਏ ਲਗਾਤਾਰ ਹੀ ਲੰਗਰਾਂ ਦੇ ਵਿੱਚ ਸੇਵਾਵਾਂ ਨਿਭਾ ਰਹੇ ਹਨ। ਸੋ ਬਹੁਤ ਹੀ ਪਿਆਰਾ ਇਹ ਜੋ ਲੰਗਰ ਹੈ ਜਿੱਥੇ ਮਹਾਂਪੁਰਖਾਂ ਦੀ ਜਨਮ ਭੂਮੀ ਹੈ ਅਤੇ ਮਹਾਂਪੁਰਖ ਵੀ ਕਿਉਂਕਿ ਇਹ ਜੋ ਜਿੱਥੋਂ ਮਿੱਟੀ ਲਈ ਹੁੰਦੀ ਹੈ, ਭਾਵੇਂ ਨਾਮ ਜਪਿਆ ਮਹਾਂਪੁਰਖਾਂ ਦੇ ਨਾਲ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ,
ਫਿਰ ਗੁਰਮੁਖ ਕੋਟ ਉਧਾਰ ਦਾ ਦੇ ਨਾਮ ਹੈ ਇੱਕ ਕਣੀ ਨਾਮ ਦੀ ਦੇ ਕੇ ਜਿੱਥੇ ਆਪਣੀਆਂ ਫੁੱਲਾਂ ਦਾ ਵੀ ਉਧਾਰ ਕਰ ਦਿੰਦੇ ਹਨ ਉੱਥੇ ਆ ਨਗਰ ਦਾ ਵੀ ਨਾਲ ਹੀ ਉਧਾਰ ਹੋ ਰਿਹਾ ਹੈ। ਸੇਵਾਵਾਂ ਇਸ ਨਗਰ ਦੇ ਹਿੱਸੇ ਬਹੁਤ ਆਈਆਂ ਹਨ, ਸੋ ਲਗਾਤਾਰ ਸਾਰੇ ਹੀ ਘਰ ਇੱਥੇ ਸੇਵਾ ਨਿਭਾ ਰਹੇ ਹਨ। ਸੋ ਆਉਣ ਵਾਲੇ ਜੋ ਦੋ ਦਿਨ ਹਨ ਉਹ ਸਾਡੇ ਕੋਲ ਹਨ, ਉਹਨਾਂ ਦੇ ਵਿੱਚ ਆਪਾਂ ਜੋ ਇਸ ਪਿੰਡ ਦੀ ਸੁੱਖ ਸ਼ਾਂਤੀ ਹੋਵੇ, ਚੜ੍ਹਦੀ ਕਲਾ ਹੋਵੇ, ਉਸ ਦੀ ਅਰਦਾਸ ਇੱਥੇ ਹੁੰਦੀ ਹੋਣੀ ਹੈ। ਸੋ ਅੱਜ ਅਖੰਡ ਪਾਠ ਸ਼ੁਰੂ ਹੋ ਚੁੱਕੇ ਹਨ ਫੇਰ, ਸੋ ਕੱਲ੍ਹ ਦਾ ਵੀ ਜੋ ਦਿਨ ਹੈ ਸਮਾਂ ਹੈ 11 ਤੋਂ 1 ਤੱਕ ਦਾ। ਸੋ ਆਪ ਜੀ ਨੇ ਸਮੇਂ ਸਿਰ ਪਹੁੰਚ ਕੇ ਇਹਨਾਂ ਜੋ ਸਤਸੰਗਾਂ ਦਾ ਲਾਹਾ ਪ੍ਰਾਪਤ ਕਰਨਾ ਹੈ, ਫਤਿਹ ਬੁਲਾਓ।
ਗੁਰੂ ਪਿਆਰੀ ਸਤ ਸੰਗਤ ਜੀ, ਖਿਆਲ ਬਾਹਰ ਜਾਣ ਤੋਂ ਰੋਕੀਏ, ਚਿੱਤ ਵਿਰਤੀਆਂ ਨੂੰ ਇਕਾਗਰ ਕਰੀਏ, ਰਸਨਾ ਦੀ ਪਵਿੱਤਰਤਾ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਨੇ ਕਿਰਪਾ ਕੀਤੀ, ਸੁਨਗਰ ਨਿਵਾਸੀ ਸਰਵਰ ਸਾਧ ਸੰਗਤ ਪੈਂਤਪੁਰ, ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਹੋਈ ਹਰ ਸਾਲ ਵਾਂਗੂ, ਨਗਰ ਦੇ ਵਿੱਚ ਮਹਾਨ ਜਗ ਗੁਰਬਾਣੀ ਦੇ ਅਖੰਡ ਪਾਠ, ਇਹ ਸਤਸੰਗ ਸਮਾਗਮ ਬਖਸ਼ਿਸ਼ ਹੋਏ। ਜਿਵੇਂ ਤੁਸੀਂ ਸੁਣਿਆ ਹੈ ਕਿ ਕਿਵੇਂ ਹਰ ਸਾਲ ਹੀ ਪਰਮ ਪੂਜਾ ਸਤਿਕਾਰਯੋਗ ਜੀ ਦੀ ਜਾਤ, ਮਹਾਂਪੁਰਖਾਂ ਦੀ ਜਾਤ ਦੇ ਸੰਬੰਧ ਵਿੱਚ ਕੱਲ੍ਹ ਤੋਂ ਅਖੰਡ ਪਾਠ ਆਰੰਭ ਹੋਏ ਹਨ, ਕੱਲ੍ਹ ਨੂੰ ਭੋਗ ਪੈ ਰਹੇ ਨੇ, ਅਤੇ ਇਸੇ ਤਰ੍ਹਾਂ ਫਿਰ ਅਖੰਡ ਪਾਠ ਪ੍ਰਾਰੰਭ ਹੋ ਜਾਣੇ ਨੇ। ਨਗਰ ਦੀ ਸੁੱਖ ਸ਼ਾਂਤੀ, ਮਾਲ ਡੰਗਰ ਦੀ ਦੇਹ ਅਰੋਗਤਾ, ਆਉਣ ਵਾਲੇ ਵਿਘਨਾਂ ਤੋਂ ਬਚਾਅ ਵਾਸਤੇ ਸਾਰਿਆਂ ਦਾ ਇਹ ਬਹੁਤ ਵੱਡਾ ਉਪਰਾਲਾ ਹੈ। ਸਾਰਿਆਂ ਦਾ ਤਿਲ ਫੁੱਲ ਇਸ ਮਹਾਨ ਜੱਗ ਦੇ ਵਿੱਚ ਪੈ ਰਿਹਾ ਹੈ। ਸਾਰੇ ਪ੍ਰੇਮੀ ਤਨ ਮਨ ਧਨ ਕਰਕੇ ਸੇਵਾ ਕਰ ਰਹੇ ਹਨ। ਸਾਨੂੰ ਵੀ ਇਸ ਭਾਗ ਸਮਾਂ ਪ੍ਰਾਪਤ ਹੋਇਆ ਕਿ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਬੈਠ ਕੇ ਉਹਨਾਂ ਮਹਾਨ ਪਵਿੱਤਰ ਆਤਮਾਵਾਂ ਨੂੰ ਇਹ ਸ਼ਰਧਾ ਦੇ ਫੁੱਲ ਭੇਟ ਕਰਨ ਦਾ ਸਮਾਂ ਮਿਲਿਆ ਹੈ। ਸਤਸੰਗ ਐਵੇਂ ਨਹੀਂ ਮਿਲਦੀ, ਐਸਾ ਸਮਾਂ ਬਿਨਾਂ ਭਾਗਾਂ ਤੋਂ ਨਹੀਂ ਮਿਲਿਆ ਕਰਦਾ। ਜਿਨ੍ਹਾਂ ਦੇ ਭਾਗ ਬਣੇ, ਕਿੰਨੀਆਂ ਪਿਆਰ ਵਾਲੀਆਂ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਈਆਂ, ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਹੋਈ ਉਹ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਵਿੱਚ ਪਹੁੰਚੇ ਹਨ। ਆਓ ਕੱਲ੍ਹ ਆਪਾਂ ਸਤਸੰਗ ਦੀ ਮਹਿਮਾ ਵਰਣਨ ਕੀਤੀ, ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਤੁਰਦਰਗਾਹੀ ਇਲਾਹੀ ਬਖਸ਼ੀ ਬਾਣੀ, ਉਹਦੀ ਵਿਚਾਰ ਕੀਤੀ ਕਿ ਕਿਵੇਂ ਇਹ ਸਭ ਤੋਂ ਸ੍ਰੇਸ਼ਟ ਕਰਮ ਹੋ ਰਿਹਾ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਹ ਨਾਨਕ ਤਿਸ ਪਿਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਨਾਲ ਇਹ ਵੀ ਦੱਸ ਦਿੱਤਾ ਕਿ ਉਹਨਾਂ ਨੂੰ ਮਿਲਦਾ ਹੈ ਇਹ ਲਾਭ ਜਿਨ੍ਹਾਂ ਨੇ ਪੂਰਵਲਾ ਕੋਈ ਕਰਮ ਜਾਗਿਆ। ਸਾਡਾ ਪੂਰਵਲਾ ਕਰਮ ਜਾਗਿਆ ਐਸੇ ਮਹਾਤਮਾ ਦਾ, ਐਸੇ ਮਹਾਂਪੁਰਸ਼ਾਂ ਦਾ ਸਾਨੂੰ ਦੀਦਾਰ ਪ੍ਰਾਪਤ ਹੋਇਆ। ਆਪ ਜੀ ਨੇ ਸਰੀਰਕ ਤੌਰ 'ਤੇ 17 ਜੂਨ, ਮਹਾਂਪੁਰਸ਼ਾਂ ਨੇ 8 ਅਗਸਤ, ਬੀਜੀ ਨੇ 1918 ਈਸਵੀ ਦੇ ਵਿੱਚ ਸਰੀਰ ਧਾਰਨ ਕੀਤਾ। ਉੱਧਰ ਨਗਰ ਧਮੋਟ ਨੂੰ ਭਾਗ ਲੱਗੇ, ਇੱਧਰ ਨਗਰ ਦੌਦਪੁਰ ਨੂੰ ਬਖਸ਼ਿਸ਼ ਪ੍ਰਾਪਤ ਐਸੀ ਰੂਹ ਗਈ, ਉਹ ਚਰਨ ਛੋਹ ਪ੍ਰਾਪਤ ਹੋਈ।
ਜਿੱਥੇ ਸ੍ਰੀਮਾਨ ਸੰਤ ਬਾਬਾ ਹੀਰਾ ਸਿੰਘ ਜੀ ਦੌਤਪੁਰੀਏ ਨਿਵਾਸ ਰੱਖਦੇ। ਕਿੱਡੀਆਂ ਬਖਸ਼ਿਸ਼ਾਂ ਹੋਈਆਂ, ਉਹ ਰੂਹਾਂ ਦਾ ਆਉਣਾ ਸਰੀਰ ਧਾਰਨ ਕਰਨਾ 8 ਸਾਲ ਪਹਿਲੇ ਹੀ ਐਸੇ ਮਹਾਂਪੁਰਸ਼ਾਂ ਨੇ ਦੱਸ ਦਿੱਤਾ, ਕਿਉਂਕਿ ਤ੍ਰਿਕਾਲ ਦਰਸ਼ੀ ਆਤਮਦਰਸ਼ੀ ਮਹਾਂਪੁਰਸ਼ ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਜਥੇ ਵਾਲੇ ਉਹ ਤਾਂ ਸੰਤ ਲਿਖਦੇ ਹੀ ਨਹੀਂ ਸਨ ਕਿਸੇ ਨੂੰ, ਪਰ ਉਹਨਾਂ ਨੇ ਸੰਤ ਭਾਈ ਹੀਰਾ ਸਿੰਘ ਦੌਦਪੁਰੀਏ ਸਿਰਲੇਖ ਹੇਠ ਰੰਗਲੇ ਸੱਜਣ ਪੁਸਤਕ ਦੇ ਵਿੱਚ ਉਹਨਾਂ ਦਾ ਜੀਵਨ ਅੰਕਿਤ ਕੀਤਾ। ਕੈਸੀ ਦ੍ਰਿਸ਼ਟੀ ਤ੍ਰਿਕਾਲ ਦਰਸ਼ੀ ਮਹਾਂਪੁਰਸ਼ ਜਿਨ੍ਹਾਂ ਨੇ ਇਸੇ ਬਚਨ ਕਰ ਦਿੱਤੇ ਕਿ 8 ਸਾਲ ਬਾਅਦ ਧਮੋਟ ਗਏ ਸਨ, ਪਾਠ ਕੀਤਾ, ਭੋਗ ਪਏ, ਰਿਸ਼ਤਾ ਕਰ ਦਿੱਤਾ ਕਿ ਸਾਡੇ ਘਰ ਬੱਚੀ ਨੇ ਜਨਮ ਲੈਣਾ ਤੇ ਤੁਹਾਡੇ ਘਰ ਬੱਚੇ ਨੇ ਆਉਣਾ, ਉਹਨਾਂ ਦਾ ਆ ਰਿਸ਼ਤਾ ਹੈ। ਕਿਉਂਕਿ ਕਿੱਡੀ ਇਹ ਬਖਸ਼ਿਸ਼ ਹੈ, ਰਹਿਮਤ ਹੈ, 8 ਸਾਲ ਪਹਿਲੇ ਐਸੀ ਗੱਲ ਕਰ ਦੇਣੀ ਤੇ ਵੱਡੀਆਂ ਬਖਸ਼ਿਸ਼ਾਂ ਪ੍ਰਾਪਤ ਹੋਈਆਂ। ਮਨ ਚਾਹੋ ਪਿਆ, ਖੁਸ਼ੀ ਹੁੰਦੀ ਹੈ ਜਦੋਂ ਐਸੀ ਰੂਹ ਸਰੀਰ ਧਾਰਨ ਕਰਦੀ ਹੈ ਤੇ ਖੁਸ਼ੀਆਂ ਮਨਾਈਆਂ ਗਈਆਂ। ਆਪਾਂ ਵੀ 17 ਜੂਨ ਤੇ 8 ਅਗਸਤ ਦਾ ਦਿਨ ਇਸ ਪਵਿੱਤਰ ਧਰਤੀ ਰਤਵਾੜਾ ਸਾਹਿਬ ਤੇ ਹਰ ਸਾਲ ਮਨਾਉਂਦੇ ਆ ਰਹੇ। ਐਤਕੀ ਸਾਡੇ ਜੀਵਨ ਦੇ ਵਿੱਚ 100 ਸਾਲਾ ਇਹ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਪ੍ਰਕਾਸ਼ ਦਿਹਾੜਾ ਕਿਉਂ ਕਿਹਾ ਹੈ? ਕਿਉਂਕਿ ਕਈ ਇਹਨਾਂ ਦੇ ਮਨ 'ਚ ਹੋ ਜਾਂਦਾ ਹੈ ਕਿ ਉਹ ਤਾਂ ਜਨਮ ਹੈ, ਜਨਮ ਸਰੀਰ ਦਾ ਹੈ, ਜਨਮ ਸਰੀਰ ਦਾ ਹੈ ਤੇ ਫਿਰ ਮਰਨ ਵੀ ਸਰੀਰ ਦਾ ਹੀ ਹੋਇਆ, ਪਰ ਮਹਾਂਪੁਰਸ਼ ਤਾਂ ਇਸ ਤਰ੍ਹਾਂ ਦੇ ਨਾਲ ਹਨ। ਤੁਸੀਂ ਸੁਣਿਆ ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਰਾਰੀ ਰੇ, ਆਵਹਿ ਨਾ ਜਾਹੈ ਨਾ ਕਬਹੂੰ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਨਾ ਜੰਮਦੇ ਨਾ ਮਰਦੇ ਸਾਧੂ, ਨਾ ਜੰਮਦੇ ਨਾ ਜੰਮਦੇ ਨਾ ਮਰਦੇ ਸਾਧੂ, ਨਾ ਜੰਮਦੇ ਸਾਧੂ।
ਸਰੀਰ ਧਾਰਨ ਕਰਦੇ ਹਨ ਤੇ ਇਸ ਦਿਨ ਨੂੰ ਐਸਾ ਦਿਹਾੜਾ ਕਿਹਾ ਕਿ ਜਦੋਂ ਰੂਹ ਦਾ ਪ੍ਰਕਾਸ਼ ਹੋਇਆ ਉਸ ਸਰੀਰ ਦੇ ਵਿੱਚ, ਇਹ ਪ੍ਰਕਾਸ਼ ਦਿਹਾੜਾ ਹੈ। 100 ਸਾਲ ਆਉਣ ਵਾਲੀ 17 ਜੂਨ ਨੂੰ ਪੂਰੇ ਹੋਣ ਜਾ ਰਹੇ ਹਨ। ਇਸੇ ਤਰ੍ਹਾਂ 8 ਅਗਸਤ ਨੂੰ ਉਹਨਾਂ ਦੇ ਜੀਵਨ ਸਾਥੀ ਪਰਮ ਪੂਜਕ ਸਤਿਕਾਰਯੋਗ ਉਹਨਾਂ ਦੇ ਸਰੀਰ ਧਾਰਨ ਕਰਨ ਨੂੰ 100 ਸਾਲ ਪੂਰੇ ਹੋ ਜਾਣੇ ਹਨ ਤੇ ਇਹ ਦਿਨ ਮਨਾਉਣੇ ਇੱਕ ਤਰ੍ਹਾਂ ਦੇ ਨਾਲ ਆਪਣੇ ਮਨ ਨੂੰ ਮਨਾਉਣਾ ਹੈ। ਮਨ ਕਿਵੇਂ ਮੰਨਦਾ ਹੈ? ਜਦੋਂ ਅਸੀਂ ਇਸ ਤਰ੍ਹਾਂ ਦੇ ਸਤਸੰਗ ਕਰਦੇ ਹਾਂ, ਇਹ ਦਿਨ ਮਨਾਉਂਦੇ ਹਾਂ, ਸਾਰੇ ਸੰਸਾਰ ਦੇ ਵਿੱਚ ਜਿਹਨਾਂ ਨੂੰ ਐਸਾ ਜੀਵਨ ਦਾਨ ਉਹਨਾਂ ਤੋਂ ਪ੍ਰਾਪਤ ਹੋਇਆ, ਇੱਕ ਰਿਣ ਹੈ, ਉਹ ਰਿਣ ਕਿਉਂਕਿ ਰਿਣੀ ਹਾਂ, ਇਹ ਰਿਣ ਉਤਾਰਨ ਵਾਸਤੇ ਉਹਨਾਂ ਦੇ ਪਰੋਪਕਾਰਾਂ ਨੂੰ ਯਾਦ ਕੀਤਾ ਜਾਂਦਾ ਹੈ। ਇਸ ਕਰਕੇ ਇਹ ਖੁਸ਼ੀ ਦਾ ਦਿਨ ਹੈ। ਇਹ ਖੁਸ਼ੀ ਦੇ ਦਿਨ ਸਾਡੇ ਜੀਵਨ ਵਿੱਚ ਵੀ ਖੁਸ਼ੀ ਲਿਆਉਂਦੇ ਹਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਹੁਣ ਬਾਣੀ ਦੇ ਪ੍ਰਵਾਹ ਚੱਲਦੇ ਹਨ, ਇਹ ਸਾਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਇਹਦੇ ਨਾਲ ਸਾਰੇ ਦੁੱਖ ਸਾਰੇ ਰੋਗ ਦੂਰ ਹੋ ਜਾਂਦੇ ਹਨ। ਕਿਉਂਕਿ ਜਦੋਂ ਅਸੀਂ ਉਹਨਾਂ ਦੇ ਧਿਆਨ 'ਚ ਬੈਠਦੇ ਹਾਂ, ਆਵੇ ਸਹਿਜ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਨਹੀਂ ਨਾਮ ਚੱਲਦਾ ਨਹੀਂ। ਜੀ ਦਾਨ ਨਾਮ ਦਾਨ ਨੂੰ ਕਿਹਾ ਹੈ, ਇਹ ਬਖਸ਼ਿਸ਼ ਹੁੰਦੀ ਹੈ। ਨਾਮ ਭਾਵੇਂ ਅੰਦਰ ਹੈ ਪਰ ਉਹ ਇਹ ਐਸੇ ਮਹਾਂਪੁਰਸ਼ ਉਹ ਦਾਨ ਦਿੰਦੇ ਨੇ, ਭਾਵੇਂ ਕਿ ਗੁਰੂ ਮੰਤਰ ਦ੍ਰਿੜ ਕਰਵਾਉਂਦੇ ਹਨ। ਸਾਡੇ ਇਸ ਘਰ ਦੇ ਵਿੱਚ ਮੰਤਰ ਹੈ, ਵਾਹਿਗੁਰੂ ਗੁਰੂ ਮੰਤਰ ਹੈ, ਜਪ ਹੋਮੇ ਖੋਈ। ਮਹਾਂਪੁਰਸ਼ਾਂ ਨੇ 3.5 ਸਾਲ ਦੀ ਉਮਰ ਦੇ ਵਿੱਚ ਅੰਮ੍ਰਿਤ ਛਕ ਲਿਆ। ਬੀਜੀ ਨੂੰ ਤਾਂ ਜਨਮ ਤੋਂ ਹੀ ਐਸਾ ਸੰਸਕਾਰ ਮਿਲਿਆ ਕਿਉਂਕਿ ਪਿਤਾ ਜੀ ਮਹਾਨ ਸੰਤ ਸਨ ਤੇ ਬੀਜੀ ਦੇ ਮਾਤਾ ਜੀ ਪੂਜਨੀਕ ਮਾਤਾ ਹਰਨਾਮ ਕੌਰ ਜੀ ਐਸੀ ਮਹਾਨ ਹਸਤੀ, ਉਹ ਜਿਹੜੀ ਕਿ ਉਹ ਇੱਥੇ ਯਾਤਰਾ ਕਰਨੀ, ਉਹਨਾਂ ਨੇ ਆਖਰੀ ਸਮੇਂ ਵੀ ਹਜ਼ੂਰ ਸਾਹਿਬ ਦੀ ਯਾਤਰਾ ਕਰਕੇ ਆਏ। ਕਮਰ ਕਸਾ ਖੋਲਿਆ, ਅੰਦਰ ਚਲੇ ਗਏ, ਕਹਿੰਦੇ ਹੁਣ ਬੁਲਾਉਣਾ ਨਹੀਂ। ਇਸ਼ਨਾਨ ਕੀਤਾ, ਸਮਾਧੀ ਸਥਿਤ ਹੋ ਕੇ ਸਰੀਰ ਦਾ ਪਰਿਤਿਆਗ ਕਰ ਦਿੱਤਾ ਤੇ ਦੂਜੇ ਪਾਸੇ ਮਹਾਂਪੁਰਸ਼ਾਂ ਦੀ ਮਾਤਾ ਮਾਤਾ ਇੰਦ ਕੌਰ, ਉਹ ਵੀ ਕੋਈ ਘੱਟ ਹਸਤੀ ਨਹੀਂ ਸਨ, ਉਹ ਮਹਾਂਪੁਰਸ਼ਾਂ ਨੂੰ ਲੈ ਕੇ ਰਾੜਾ ਸਾਹਿਬ ਜਾਂਦੇ ਹਨ। ਸਿਆਣੀਆਂ ਮਾਤਾਵਾਂ ਆਪਣੇ ਬੱਚਿਆਂ ਨੂੰ ਸਤਪੁਰਸ਼ਾਂ ਦੀ ਸੰਗਤ 'ਚ ਲੈ ਕੇ ਆਉਂਦੀਆਂ ਹਨ ਤਾਂ ਜੋ ਉਹਨਾਂ ਨੂੰ ਐਸਾ ਸੰਸਕਾਰ ਮਿਲੇ ਕਿ ਜਿਸ ਦੇ ਨਾਲ ਜੀਵਨ ਬਦਲ ਜਾਣ, ਜੀਵਨ ਦਾਨ ਮਿਲ ਜਾਵੇ। ਮਹਾਂਪੁਰਸ਼ਾਂ ਤੇ ਸਵਾਲ ਕੀਤਾ ਰਾੜਾ ਸਾਹਿਬ ਵਾਲਿਆਂ ਨੇ ਕਿ ਸੁਣ ਰੇ ਤੂੰ ਕੌਣ, ਕਹਾਂ ਤੇ ਆਇਓ, ਤੇ ਨਾ ਦੱਸ ਸਕੇ ਪਹਿਲੇ ਬਚਨ ਤੇ ਦੂਸਰੇ ਤੇ ਕਿ ਦੱਸਣਾ ਨਹੀਂ ਆਉਂਦਾ।
ਸੰਗਤ ਭਾਵੇਂ ਇਸ ਗੱਲ ਨਹੀਂ ਸਮਝਦੀ ਸੀ, ਹੱਸ ਪੈਂਦੀ ਹੈ ਕਿ ਇੰਨੀ ਕੁ ਗੱਲ ਨਹੀਂ ਦੱਸਣੀ ਆਉਂਦੀ ਕੀ ਨਾ ਹੈ। ਪਰ ਮਹਾਂਪੁਰਸ਼ ਕਹਿੰਦੇ ਮੈਂ ਇਹੀ ਤਾਂ, ਕਿਉਂਕਿ ਪੁਰਾਤਨ ਮਹਾਂਪੁਰਸ਼ ਜਦੋਂ ਵੀ ਆਪਣੇ ਮੁਰਸ਼ਿਦ ਕੋਲ ਜਾਂਦੇ, ਪਿਆਰੇ ਮਹਾਂਪੁਰਸ਼ ਕੋਲ ਜਾਂਦੇ, ਉਹ ਇਹੀ ਕਹਿੰਦੇ ਕਿ ਮਹਾਰਾਜ ਇਹੀ ਤਾਂ ਕਹਿੰਦੇ ਸਵਾਲ ਹੈ ਸਾਰਿਆਂ ਦੇ ਉੱਤੇ, ਇਹੀ ਤਾਂ ਤੇਰੇ ਦਰ ਤੇ ਇਹ ਪੁੱਛਣ ਆਏ ਹਾਂ। ਕੀ ਜਾਣਾ ਮੈਂ ਕੌਣ ਇਹੀ ਪੁੱਛਣ ਆਇਆ ਹਾਂ, ਕੀ ਜਾਣਾ ਮੈਂ ਕੌਣ ਇਹੀ ਪੁੱਛਣ ਆਇਆ। Turn it.